ਜਿਹੜੇ ਗੁਰੂ ਸਾਹਿਬ ਨੂੰ ਕੁਰਾਈਆ ਅਤੇ ਭੂਤਨਾ ਕਹਿੰਦੇ ਸੀ, ਇੱਟੇ ਮਾਰੇ, ਜੀਵਨ ਕਾਲ ਜੀ ਨੇ ਠੁੱਡਾ ਮਾਰਿਆ, ਲੱਤਾਂ ਵੀ ਮਾਰੀਆਂ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਸਿੱਧ ਕਹਿੰਦੇ ਆ ਉਹ ਬੱਚਿਆ ਜਾ ਪਾਣੀ ਭਰ ਕੇ ਲਿਆ, ਜਿਹੜੀ ਸਿੱਧਾਂ ਦੀ ਭਾਸ਼ਾ ਸੀ। ਬਾਬਾ ਜੀ ਪਾਣੀ ਭਰ ਲਿਆਉਂਦੇ, ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਮੈਨੂੰ ਕਹਿ ਲਓ, ਤੁਸੀਂ ਉਹ ਕਹਿ ਲਓ, ਮੇਰੇ ਕੋਲ ਪਾਣੀ ਭਰਾ ਲਓ, ਲੰਬੀ ਵਿੱਥਿਆ ਉਹ, ਪਰ ਕਹਿੰਦੇ ਮੇਰੇ ਨਾਲ ਡਿਸਕਸ਼ਨ ਜ਼ਰੂਰ ਕਰੋ। ਅਤੇ ਜਿਹੜੇ ਉਹ ਕਹਿੰਦੇ ਸੀ, ਜਿਹੜੇ ਠੁੱਡੇ ਮਾਰਦੇ ਸੀ, ਜਦੋਂ ਬਾਬਾ ਜੀ ਨਾਲ ਸੰਵਾਦ ਕਰਦੇ ਆ ਅਤੇ ਸਾਰਿਆਂ ਨੂੰ ਇਹ ਮੰਨਣਾ ਪੈਂਦਾ, ਅਤੇ ਉਹ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਜੇ ਸਿੱਖੀ 'ਚ ਰੀੜ੍ਹ ਦੀ ਹੱਡੀ ਕਹੀਏ ਨਾ, ਅਸੀਂ ਬੁਨਿਆਦ ਕਹੀਏ, ਉਹ ਸੰਵਾਦ ਹੈ। ਗੁਰੂ ਸਾਹਿਬ ਜੀ ਜਦੋਂ ਇਕੱਠ ਹੁੰਦੇ ਆ ਅਤੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ, ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲਿਆ, ਕਿੱਦਾਂ ਬਾਬਾ ਜੀ ਨੇ ਕਰਤਾਰਪੁਰ ਸੁਣਿਆ, ਮੇਲਾ ਲੱਗਣਾ, ਕਹਿੰਦੇ ਚਲੋ ਚੱਲੀਏ। ਉੱਥੇ ਜਾ ਕੇ ਕੀ ਕੀਤਾ? ਸੰਵਾਦ। ਧਰਮ ਦੀ ਬੁਨਿਆਦ ਕਹਿੰਦੇ ਆ ਕਬੀਰਾ, ਜਹਾਂ ਗਿਆਨ ਤਹਿ ਧਰਮ ਹੈ। ਜੇ ਇਕੱਲਾ ਵਿਸ਼ਵਾਸ ਹੀ ਧਰਮ ਹੁੰਦਾ ਨਾ, ਤਾਂ ਬਾਬਾ ਜੀ ਦੇ ਪਿਤਾ ਨੂੰ ਕਹਿੰਦੇ ਵੀ ਜੰਜੂ ਪਾ ਲਿਆ ਬਈ। ਉਹਨਾਂ ਨੇ ਕਿਹਾ ਵੀ ਕਿਉਂ, ਮੈਨੂੰ ਪੁੱਛਣਾ ਤਾਂ ਮੇਰਾ ਹੱਕ ਹੈ ਨਾ। ਮਾਡਰਨਿਟੀ ਨੂੰ ਪੂਰਾ ਰੱਦ ਕਰਨ ਵਾਲਾ ਇੱਕ ਕਨਸੈਪਟ ਵੀ ਸਿੱਖਾਂ ਦੀ ਇੱਕ ਧਿਰ ਦੇ ਅੰਦਰ ਆਇਆ ਕਿ ਆਧੁਨਿਕਤਾ ਨੂੰ ਸਾਨੂੰ ਮੁੱਢੋਂ ਰੱਦ ਕਰ ਦੇਣਾ ਚਾਹੀਦਾ, ਆਧੁਨਿਕਤਾ ਧਰਮ ਦਾ ਬੇੜਾ ਗਰਕ ਕਰਦੀ ਹੈ। ਜਿਹੜੇ ਬੰਦੇ ਕਹਿ ਰਹੇ ਆ ਨਾ, ਉਹ ਬੰਦੇ ਐਸੇ ਮਾਈਕ 'ਤੇ ਬੋਲ ਕੇ ਕਹਿ ਰਹੇ ਆ ਜਿਹੜਾ ਆਧੁਨਿਕ ਟੈਕਨੋਲੋਜੀ ਨੇ ਬਣਾਇਆ। ਜੰਗਲਾਂ 'ਚ ਚੱਲ ਜਾਈਏ ਫਿਰ, ਤਾਂ ਕਹਿੰਦੇ ਫਿਲਮਾਂ ਨਹੀਂ ਦਿਖਾਉਣੀਆਂ ਚਾਹੀਦੀਆਂ। ਘੋੜੇ ਗੱਡੀਆਂ ਆਧੁਨਿਕ ਤਕਨੀਕ ਨੇ ਬਣਾਈਆਂ, ਮੋਬਾਈਲ ਆਧੁਨਿਕ ਤਕਨੀਕ ਨੇ ਬਣਾਏ ਆ, ਅਸੀਂ ਘੋੜਿਆਂ 'ਤੇ ਆਈਏ। ਧਰਮ ਕੀ ਸਿਖਾਉਂਦਾ? ਕਿਸੇ ਵੀ ਤਾਕਤ ਦਾ, ਕਿਸੇ ਵੀ ਐਨਰਜੀ ਦਾ, ਕਿਸੇ ਵੀ ਗਿਆਨ ਦਾ ਸਦ ਉਪਯੋਗ ਕਰਨਾ। ਮੈਂ ਪੁੱਛਦਾ, ਮਾਡਰਨਿਟੀ ਦੇ ਧਰਮ ਐਂ ਖੜ੍ਹੇ ਨੇ ਜਾਂ ਮਾਡਰਨਿਟੀ ਦੇ ਧਰਮ ਐਂ ਚੱਲ ਸਕਦੇ? ਨਹੀਂ, ਧਰਮ ਹੀ ਮਾਡਰਨ ਹੈ, ਧਰਮ ਹੀ ਮਾਡਰਨਿਟੀ ਹੈ ਜੇ ਤਰੱਕੀ ਕਰਨੀ। ਸਾਰੇ ਧਰਮ ਕਹਿ ਰਹੇ ਹੋ ਤੁਸੀਂ ਜਾਂ ਸਿੱਖ ਧਰਮ? ਮੈਂ ਸਿੱਖ ਧਰਮ ਦੀ ਗੱਲ ਕਰ ਰਿਹਾ। ਸਾਰੇ ਕੀ ਧਰਮ ਮੰਨ ਲਓ, ਸਿੱਖੀ ਆਧੁਨਿਕਤਾ ਐਂ ਕਿਹਾ ਜਾ ਸਕਦਾ? ਬਿਲਕੁਲ ਜੀ, ਬਿਲਕੁਲ, ਆਧੁਨਿਕ ਹੋਣਾ ਹੀ ਸਿੱਖ ਹੈ। ਸਾਰੇ ਭਰਮਾਂ ਦਾ ਨਾਸ, ਬਿਲਕੁਲ ਗਿਆਨ ਹੀ ਗਿਆਨ, ਬਿਲਕੁਲ ਸ਼ੱਕ ਸੁਭਾ ਸ਼ੰਕੇ ਸਾਰੇ ਮਿਟ ਗਏ, ਸਾਰੇ ਇਨਸਾਨਾਂ 'ਚ ਇੱਕੋ ਹੀ ਰੱਬ ਦਿਸਣ ਲੱਗ ਪਿਆ, ਕੋਈ ਨਫ਼ਰਤ ਨਹੀਂ, ਸਭ ਮੈਂ ਜੋਤ ਜੋਤ ਹੈ ਸੋਏ। ਇਹਦੇ ਤੋਂ ਮਾਡਰਨ ਕਿੱਥੇ ਹੋਣਾ? ਜਿਵੇਂ ਪਿਛਲੇ ਦੌਰ 'ਚ ਇਹ ਵੀ ਆਇਆ ਗਾ ਕਿ ਯਾਰ ਮਾਡਰਨ ਪੜ੍ਹਾਈ ਨਹੀਂ ਪੜ੍ਹਨੀ ਚਾਹੀਦੀ ਸਿੱਖਾਂ ਨੂੰ, ਇਹ ਬੇੜਾ ਗਰਕ ਕਰ ਰਹੀ ਹੈ ਸਿੱਖਾਂ ਦਾ। ਗੁਰੂ ਸਾਹਿਬ ਜੀ ਜੇ ਹਰ ਤਰ੍ਹਾਂ ਦੀ ਪੜ੍ਹਾਈ ਪੜ੍ਹਦੇ ਨੇ, ਦਿਨੀ ਅੰਤ ਅਨਕ ਭਾਂਤ ਕੀ ਸ਼ਿਕਸ਼ਾ, ਸਿਰਫ ਰੂਹਾਨੀ ਭਾਂਤ ਦੀ ਸ਼ਿਕਸ਼ਾ ਨਹੀਂ ਕਹਿੰਦੇ, ਅਨਕ ਭਾਂਤ ਦੀ ਸ਼ਿਕਸ਼ਾ ਕਹਿੰਦੇ ਆ। ਇੱਕ ਥੋਟ ਇਹ ਹੈਗਾ ਕਿ ਧਰਮ ਗਹਿਰੇ ਵਿਸ਼ਵਾਸ ਨਾਲ ਚੱਲਦਾ, ਸਿਰਫ ਵਿਸ਼ਵਾਸ ਹੀ ਇੰਪੋਰਟੈਂਟ ਆ। ਜਿਹੜੇ ਦੂਸਰੇ ਬੰਦੇ ਉਹ ਕਹਿੰਦੇ ਵੀ ਜੇ ਤੁਸੀਂ ਲੌਜਿਕ ਲੈ ਆਉਂਗੇ ਤਾਂ ਫਿਰ ਕੋਈ ਮੀਨਿੰਗ ਨਹੀਂ ਰਹੇਗਾ ਗੱਲ ਦਾ, ਫਿਰ ਤਾਂ ਬੰਦਿਆਂ ਨੂੰ ਤੁਸੀਂ ਲੌਜੀਕਲ ਕਰ ਦੋਗੇ, ਲੌਜਿਕ ਕੱਢਦਾ ਕੱਢਦਾ ਬੰਦਾ ਫਿਰ ਸਾਰੀਆਂ ਗੱਲਾਂ ਦੇ ਲੌਜਿਕ 'ਤੇ ਆ ਜੂਗਾ, ਧਰਮ 'ਤੇ ਫਿਰ ਦੀ ਜਿਹੜੀ ਨੀਂਹ ਆ ਉਹ ਹਿੱਲ ਜੂਗੀ। ਵਿਸ਼ਵਾਸ ਇੰਪੋਰਟੈਂਟ ਹੈ, ਪਰ ਵਿਸ਼ਵਾਸ ਕਿਹਦੇ 'ਤੇ ਕਰ ਰਹੇ ਹਾਂ? ਸੱਚ 'ਤੇ ਕਿ ਪਖੰਡ 'ਤੇ? ਇੱਕ ਥੋਟ ਇਹ ਆ ਕਿ ਰਵਾਇਤ ਇੰਪੋਰਟੈਂਟ ਆ, ਧਰਮ ਰਵਾਇਤ ਨਾਲ ਚੱਲਦਾ ਅਤੇ ਸਾਨੂੰ ਬਹੁਤ ਹੀ ਥੋਰੋਲੀ ਰਵਾਇਤ ਨਾਲ ਜੁੜੇ ਰਹਿਣਾ ਚਾਹੀਦਾ। ਦੂਸਰਾ ਮਿਸ਼ਨਰੀ ਨੇ ਸਿੱਖੀ 'ਚ, ਮਿਸ਼ਨਰੀ ਕਾਲਜ ਆਏ, ਉਹ ਥੋਟ ਹੈਗਾ ਜਿਹੜਾ ਕਹਿੰਦਾ ਕਿ ਨਹੀਂ, ਥੋੜ੍ਹਾ ਸਾਨੂੰ ਜਿਹੜਾ ਜੋ ਜੋ ਚੀਜ਼ਾਂ ਵਾਪਰ ਰਹੀਆਂ ਨੇ ਉਹਦੇ ਮੁਤਾਬਕ ਧਰਮ ਨੂੰ ਉਹ ਕਰਨਾ ਚਾਹੀਦਾ ਗਾ। ਤੁਹਾਨੂੰ ਕੀ ਲੱਗਦਾ ਹੈਗਾ ਕਿ? ਮੈਂ ਨਾ ਡਾਕਟਰ ਰਾਧਾ ਕ੍ਰਿਸ਼ਨ ਦਾ ਜੀਵਨ ਪੜ੍ਹਿਆ,
ਅਤੇ ਉਹਦੇ 'ਚ ਇੱਕੋ ਹੀ ਸਤਰ ਮੈਂ ਚੇਤੇ ਰੱਖੀ ਜਿਹੜੀ ਮੇਰੇ ਮਤਲਬ ਦੀ ਸੀ। ਉਹ ਕਹਿੰਦੇ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਨੂੰ ਇਹ ਪੜ੍ਹਾਇਆ ਗਿਆ ਕ੍ਰਿਸਚਨ ਸਕੂਲਾਂ 'ਚ ਕਿ ਹਿੰਦੂ ਧਰਮ ਗਿਲਾਨੀ ਨਹੀਂ ਜਾ ਰਿਹਾ, ਅਤੇ ਕਹਿੰਦੇ ਵੀ ਸਾਡੇ ਮਨ 'ਚ ਸਵਾਲ ਸੀ ਵੀ ਧਰਮ ਨਿਗਾਰ ਨੂੰ ਕਿੱਦਾਂ ਜਾ ਸਕਦਾ। ਕਹਿੰਦੇ ਪਰ ਜਦੋਂ ਮੈਂ ਵੱਡੇ ਹੋ ਕੇ ਸਟੱਡੀ ਕਰਕੇ ਖੋਜਿਆ ਤਾਂ ਮੈਨੂੰ ਮੰਨਣਾ ਪਿਆ ਕਿ ਧਰਮ ਨਿਗਾਰ 'ਚ ਜਾ ਰਿਹਾ। ਉਹਨਾਂ ਨੇ ਕਾਰਨ ਲਿਖਿਆ ਵੀ ਕਿਉਂ ਨਿਗਾਰ 'ਚ ਜਾਂਦਾ ਧਰਮ। ਉਹ ਕਹਿੰਦੇ ਜਦੋਂ ਧਰਮ 'ਚ ਰਵਾਇਤ ਹਾਵੀ ਹੋ ਜੇ, ਪਰੰਪਰਾ ਹਾਵੀ ਹੋ ਜੇ ਅਤੇ ਪਰੰਪਰਾ ਦਾ ਸੱਚ ਗੁਆਚ ਜੇ, ਉਦੋਂ ਧਰਮ ਨਿਗਾਰ 'ਚ ਚਲੇ। ਮੈਂ ਇਹ ਕਹਿ ਰਿਹਾ ਤੁਹਾਨੂੰ ਕਿ ਆਧੁਨਿਕਤਾ ਜਿਹੜੀ ਤੁਹਾਨੂੰ ਐਂ ਲੱਗਦਾ, ਦੇਖੋ ਜਿਹੜੀਆਂ ਆਪਾਂ ਅਲਾਮਤਾਂ ਦੇਖਦੇ ਹਾਂ ਜਾਂ ਸੰਕਟ ਦੇਖਦੇ ਹਾਂ ਜਾਂ ਗੜਬੜਾਂ ਦੇਖਦੇ ਹਾਂ, ਉਹ ਗੜਬੜਾਂ ਆਧੁਨਿਕਤਾ ਦੇ ਨਾਲ ਆਈਆਂ। ਆਧੁਨਿਕਤਾ ਨੇ ਅਟਰੈਕਟ ਕੀਤਾ, ਸਿੱਖਾਂ 'ਚ ਹੀ ਮੈਂ ਗੱਲ ਕਰ ਰਿਹਾ ਹੈਗਾ, ਤਾਂ ਜਿਹੜੀਆਂ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਨੇ ਉਹ ਕਿਸੇ ਹੋਰ ਪਾਸੇ ਨੂੰ ਨਹੀਂ ਉਸ ਰੂਪ ਦੇ ਅੰਦਰ ਜੁੜ ਰਹੀਆਂ ਜਾਂ ਜੁੜੀਆਂ ਹੋਈਆਂ, ਜਾਂ ਜਿਹੜਾ ਆਈਡੀਆ ਆਫ ਸਿੱਖਿਜ਼ਮ ਹੈਗਾ ਉਹਦੇ ਆਲੇ ਦੁਆਲੇ ਜਿਹੜਾ ਕੁਛ ਬੁਣਨਾ ਸੀਗਾ ਉਹ ਨਹੀਂ ਬੁਣਿਆ ਜਾ ਰਿਹਾ ਹੈਗਾ। ਗੁਰੂ ਨਾਨਕ ਦਾ ਸੱਚ ਸਿਰਫ ਗਰੀਬ ਲੋਕਾਂ ਵਿੱਚ ਨਹੀਂ, ਬਾਬਰ ਦੇ ਮੂੰਹ 'ਤੇ ਖੜ ਕੇ ਵੀ ਹੈ। ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਬਿੱਲਾ। ਕਾਂਗਰਸਮੈਨ ਨੇ ਅਸਤੀਫਾ ਦਿੱਤਾ ਸੀ ਟਰੰਪ ਦੀ ਸਰਕਾਰ ਵੇਲੇ, ਟਰੰਪ ਦਾ ਹੀ ਬੰਦਾ ਸੀ ਅਤੇ ਟਰੰਪ ਦਾ ਵਿਰੋਧ ਕੀਤਾ ਸੀ। ਕੁਝ ਸਮੇਂ ਬਾਅਦ ਹੁਣ ਉਹ ਮੈਨੂੰ ਬੱਚੀ ਨੇ ਦੱਸਿਆ, ਉਹ ਕਾਂਗਰਸਮੈਨ ਉਹਨਾਂ ਨੂੰ ਮਿਲ ਪਿਆ ਅਤੇ ਉਹਨੇ ਕਿਹਾ ਵੀ ਸਰ ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਂ ਤੁਹਾਨੂੰ ਜਾਣਦੀ ਹਾਂ, ਤੁਸੀਂ ਉੱਥੇ ਸੀ ਮੈਂ ਵੀ ਉੱਥੇ ਜਾ, ਅਤੇ ਉਹ ਕਹਿੰਦਾ ਵੀ ਮੈਂ ਤੈਨੂੰ ਪਛਾਣਦਾ ਤੇਰੇ ਉਹ ਸ਼ਬਦਾਂ ਕਰਕੇ ਮੈਂ ਉਦੋਂ ਅਸਤੀਫਾ ਦਿੱਤਾ ਸੀ। ਤੂੰ ਸੁਣਾਇਆ ਸੀ ਕਿ ਗੁਰੂ ਨਾਨਕ ਨੇ ਸਿਖਾਇਆ ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਈ ਸੀ ਸੱਚ ਕੀ ਬਿੱਲਾ। ਸੋ ਧਰਮ 'ਤੇ ਵਾਈਟ ਹਾਊਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਜੀ। ਜ਼ਫਰਨਾਮਾ ਆਪਾਂ ਡਿਪਲੋਮੈਸੀ ਮੰਨੀਏ, ਇੱਕ ਡਿਪਲੋਮੈਸੀ ਵੀ ਮੰਨਿਆ ਜਾ ਸਕਦਾ ਉਹਨੂੰ, ਕਿ ਗੁਰੂ ਸਾਹਿਬ ਡਾਇਲੋਗ ਦੇ ਜ਼ਰੀਏ ਅੰਗੇਜ ਕਰ ਰਹੇ ਨੇ ਉਹਨਾਂ ਸਭ ਨੂੰ, ਦੇਖੋ ਜਾਂ ਉਹਨੂੰ ਇੱਕ ਅਹਿਸਾਸ ਵੀ ਕਰਾ ਰਹੇ ਨੇ, ਯਾਨੀ ਸ਼ਬਦ ਦੇ ਨਾਲ ਹੀ ਲਾਂਤਾ ਪਾ ਰਹੇ ਸੀ ਬੇਸਿਕਲੀ। ਜਿਹੜਾ ਇਹ ਠੰਡੇ ਬੁਰਜ ਦਾ ਉਹ ਸਰੂਪ ਨਾ ਰਹਿਣਾ, ਇਹਦੇ ਬਾਰੇ ਤੁਹਾਡਾ ਕੀ ਓਪੀਨੀਅਨ ਹੈਗਾ? ਠੰਡੇ ਬੁਰਜ ਦਾ ਉਹ ਜਿਹੜਾ ਸਰੂਪ ਸੀਗਾ, ਸਰੂਪ ਅੱਛਾ, ਉਹਦਾ ਜਿਹੜਾ ਸਟਰਕਚਰ ਸੀਗਾ, ਵੇਖੋ ਮੈਂ ਜੋ ਮੈਂ ਨਾ ਮੈਂ ਜਿੰਨਾ ਕੁਛ ਇੱਥੋਂ ਮਟੀਰੀਅਲ ਇਕੱਠਾ ਕਰਦਾ, ਮੈਨੂੰ 20 ਸਾਲ ਹੋ ਚੱਲੇ, 20ਵਾਂ ਸਾਲ ਸ਼ੁਰੂ ਹੋ ਗਿਆ ਇੱਥੇ ਸੇਵਾ ਕਰਦਿਆਂ। ਔਰ ਲਾਸਟ ਕਦੋਂ ਤੱਕ ਰਿਹਾ ਇਹ ਵੀ ਦੱਸਿਓ। ਮੈਂ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਿਆ ਜਿਹੜੇ ਕਹਿੰਦੇ ਆ ਕਿ ਅਸੀਂ ਪੁਰਾਣਾ ਬੁਰਜ ਅੱਖਾਂ ਨਾਲ ਵੇਖਿਆ, ਫਿਰ ਅਸਲ 'ਚ ਉਦੋਂ ਇੰਨੀ ਚੇਤਨਾ ਹੀ ਨਹੀਂ ਸੀ ਸਾਂਭਣ ਦੀ। ਉਹ ਕਹਿੰਦੇ ਵੀ ਜਦੋਂ ਇਹ ਨਵਾਂ ਬਣਾਇਆ ਅਤੇ ਜਿਹੜੇ ਉਹਦੇ ਚਿੰਨ੍ਹ ਸੀ ਨਾ ਪੁਰਾਣੇ ਬੁਰਜ ਦੇ, ਉਹਨੂੰ ਢਾਇਆ ਨਹੀਂ, ਇਹਦੇ ਵਿੱਚ ਹੀ ਕਵਰ ਕਰ ਦਿੱਤੇ, ਜਿਹੜੇ ਠੰਡੇ ਬੁਰਜ ਨੂੰ ਹੁਣ ਅਸੀਂ ਵੇਖਦੇ ਹਾਂ ਨਾ, ਉਹਨਾਂ ਬਜ਼ੁਰਗਾਂ ਕੋਲ ਮੈਂ ਸੁਣਿਆ, ਉਹ ਕਹਿੰਦੇ ਵਿੱਚ ਹੀ ਨੇ, ਹਾਂ ਉਹਦੇ ਮੈਂ ਉਹਨਾਂ ਬਜ਼ੁਰਗਾਂ ਕੋਲ ਇਹ ਵੀ ਸੁਣਿਆ ਕਿ ਜਦੋਂ ਜੋਤੀ ਸਰੂਪ ਸਾਹਿਬ ਦੀ ਸੇਵਾ ਲੱਗੀ ਆ ਅਤੇ ਉਹਦੇ 'ਚੋਂ ਗਾਗਰ ਨਿਕਲੀ ਆ ਜਿਹਦੇ 'ਚ ਰਾਖ ਸਮੇਤ ਅਸਥੀਆਂ ਸਨ, ਉਹ ਕਹਿੰਦੇ ਜਿੱਥੇ ਹੁਣ ਮਹਾਰਾਜ ਦਾ ਪ੍ਰਕਾਸ਼ ਆ ਫਿਰ ਉੱਥੇ ਹੀ ਅੱਜ ਵੀ ਉਹ ਬਜ਼ੁਰਗ ਹੈਗੇ ਆ, ਉੱਥੇ ਹੀ ਫਿਰ ਉਹ ਗਾਗਰ ਨੂੰ ਫਿਰ ਜਿਹੜਾ ਸੀ ਉਹਦੇ ਵਿੱਚ ਦਫਨ ਕਰ ਦਿੱਤਾ ਗਿਆ, ਦਬਾ ਦਿੱਤਾ ਗਿਆ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੁਸਤਕਾਂ 'ਚੋਂ ਨਹੀਂ ਮਿਲਦੀਆਂ, ਇੱਥੇ ਅਸੀਂ 90-90 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਕੋਲ ਬੈਠੇ ਹਾਂ, ਰਵਾਇਤੀ ਜਿਹੜੀਆਂ ਲੋਕਾਂ 'ਚ ਪ੍ਰਚਲਿਤ ਦੰਦ ਕਥਾਵਾਂ ਸੀ ਉਹਦੇ 'ਚੋਂ ਬਹੁਤ ਕੁਝ ਲੱਭਦਾ। ਪਰ ਤੁਹਾਡਾ ਓਪੀਨੀਅਨ ਕੀ ਹੈ? ਮੈਂ ਕਿਹਾ ਇਹਦੇ 'ਤੇ ਮਤਲਬ ਜਿਹੜਾ ਕਾਰ ਸੇਵਾ ਦੇ ਨਾਂ 'ਤੇ ਕਾਫੀ ਕੁਛ ਹੋਇਆ ਹੈਗਾ, ਉਹਨੂੰ ਲੈ ਕੇ ਬਹੁਤ ਸਾਰੇ ਇਤਰਾਜ਼ ਨੇ, ਕਹਿੰਦੇ ਜਿਵੇਂ ਆਪਾਂ ਵੈਸਟ 'ਚ ਲੇਖਕਾਂ ਦੇ ਘਰ ਵੀ ਦੇਖਦੇ ਹਾਂ, ਕਹਿੰਦੇ ਸ਼ੇਕਸਪੀਅਰ ਦੇ ਘਰ ਚਲੇ ਜਾਓ ਹੋਰ ਲੋਕਾਂ ਦੇ ਉਵੇਂ ਹੀ ਪਏ ਨੇ ਉਹ, ਜਾਂ ਖਾਸ ਤੌਰ 'ਤੇ ਯੂਰਪ ਤਾਂ ਇੰਨਾ ਪੁਰਾਣਾ ਹੈਗਾ, ਯੂਰਪ 'ਚ ਚੀਜ਼ਾਂ ਉਵੇਂ ਹੀ ਪਈਆਂ ਨੇ, ਆਪਣੇ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ ਗਈਆਂ। ਵੇਖੋ
ਹੈ ਤਾਂ ਕੌੜਾ ਸੱਚ ਹੈ ਨਾ। ਮੈਂ ਬੇਨਤੀ ਕਰਦਾ, ਮੇਰੇ ਖਿਆਲ 27 ਸਾਲ ਟੌੜਾ ਸਾਹਿਬ ਪ੍ਰਧਾਨ ਰਹੇ ਨੇ, ਇਸ ਇਲਾਕੇ ਦੇ ਸੀ, ਫਤਿਹਗੜ੍ਹ ਸਾਹਿਬ ਨਾਲ ਬਹੁਤ ਜੁੜੇ ਹੋਏ ਸੀ। ਸਾਰੇ ਦੱਸਦੇ ਆ ਕਿ ਸਵੇਰੇ 4 ਵਜੇ ਆ ਜਾਂਦੇ ਸੀ, ਨਿਤਨੇਮੀ ਸਨ। ਇੱਥੇ ਖੜੇ ਹਾਂ, ਸਾਹਮਣੇ ਹਵੇਲੀ ਦਿਸ ਰਹੀ ਹੈ ਦੀਵਾਨ ਟੋਡਰਮੱਲ ਜੀ ਦੀ। ਪਤਾ ਨਹੀਂ ਕਿਉਂ ਐਡੇ ਕੌਮ ਦੇ ਸੁਜਾਗ ਲੀਡਰ ਸੀ, ਚੇਤਾ ਹੀ ਨਹੀਂ ਆਇਆ ਕਿ ਉਸ ਹਵੇਲੀ ਨੂੰ ਸਾਂਭਣਾ। ਇਹ ਪ੍ਰਵਿਰਤੀ ਨਹੀਂ ਸੀ ਪਤਾ ਨਹੀਂ ਕਿਉਂ ਸਿੱਖਾਂ 'ਚ ਕਿ ਜਾਂ ਉਹ ਹੁਣ ਖੰਡਰ ਹੋ ਗਈ, ਚਲੋ ਹੁਣ ਸੁਚੇਤ ਆ, ਹੁਣ ਸ਼੍ਰੋਮਣੀ ਕਮੇਟੀ ਸਾਂਭਣ ਦਾ ਯਤਨ ਕਰ ਰਹੀ ਹੈ, ਭਾਵੇਂ ਉਹਨੂੰ ਸਾਂਭਣ ਦਾ ਪ੍ਰੋਸੈਸ ਬੜਾ ਸਲੋਅ ਹੈ ਕਿਉਂਕਿ ਉਹ ਕੰਮ ਬੜਾ ਬਰੀਕੀ ਦਾ। ਪਰ ਮੈਂ ਉਹ ਪਿਛੋਕੜ ਵਾਲਾ ਸਮਾਂ ਵੇਖਦਾ ਕਿ ਠੀਕ ਹੈ, ਇੱਕ ਸਮਾਂ ਸਿੱਖ 18ਵੀਂ ਸਦੀ 'ਚ ਜੰਗਲਾਂ 'ਚ ਰਹੇ, ਬੜਾ ਔਖਾ ਸਮਾਂ ਸੀ, ਆਪਣੀਆਂ ਵਿਰਾਸਤਾਂ ਨਹੀਂ ਸਾਂਭ ਸਕੇ। ਪਰ ਇੱਕ ਸਮਾਂ ਉਹ ਵੀ ਆਇਆ ਜਦੋਂ ਹੈ ਤਾਕਤ ਸੀ ਜੀ, ਅਵੇਸਲੇ ਸੀ, ਜਾਗਰੂਕ ਹੀ ਨਹੀਂ ਹੋਏ। ਨੁਕਸਾਨ ਤਾਂ ਹੋਇਆ ਬਹੁਤ ਸਾਰੀਆਂ ਸਾਡੀਆਂ ਚੀਜ਼ਾਂ, ਪਰ ਜਦੋਂ ਇਸ ਸਥਾਨ ਦੀ ਗੱਲ ਕਰਦੇ ਹਾਂ ਨਾ ਜੀ, ਵੀ ਉਹ ਕਈ ਸਿੰਘ ਪੁੱਛਦੇ ਆ ਵੀ ਉਹ ਪੁਰਾਣੀ ਦੀਵਾਰ ਹੈਗੀ ਆ, ਹੁਣ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਸਾਹਿਬਜ਼ਾਦੇ ਨਹੀਂ ਛੱਡੇ ਉਹ ਦੀਵਾਰ ਕਿਉਂ ਛੱਡਣਗੇ, ਹੈ ਨਾ। ਉਹਨਾਂ ਨੇ ਥੋੜ੍ਹੀ ਸਾਂਭਣੀ ਸੀ। ਇੱਥੇ 1704 ਤੋਂ ਲੈ ਕੇ 1712 ਤੱਕ ਆਪਾਂ ਵੇਖਦੇ ਹਾਂ, 12 ਮਈ 1710 ਤੱਕ ਵਜੀਦਾ ਰਿਹਾ, 1710 ਤੱਕ ਉਹ 6 ਸਾਲ ਦਾ ਸਮਾਂ, ਲਗਭਗ 5.5-6 ਸਾਲ ਦਾ ਸਮਾਂ ਉਹ ਕਿਉਂ ਸਾਂਭ ਕੇ ਰੱਖੇਗਾ। ਫਿਰ ਬਾਬਾ ਬੰਦਾ ਸਿੰਘ ਬਹਾਦਰ 1716 'ਚ ਸ਼ਹੀਦ ਹੋ ਜਾਂਦੇ ਆ, ਉਸ ਤੋਂ ਬਾਅਦ 64 ਤੱਕ ਫਿਰ ਜੈਨ ਖਾਂ ਅਤੇ ਬਾਕੀਆਂ ਦਾ ਸਮਾਂ ਰਿਹਾ। ਉਹਨਾਂ ਨੇ ਤਾਂ ਇੱਕ ਵੀ ਨਿਸ਼ਾਨੀ ਜਿਹੜੀ ਸੀ ਨਾ ਉਹ ਮਿਟਾਉਣ ਦਾ ਯਤਨ ਕੀਤਾ। ਇਹ ਤਾਂ ਜਿੰਨੀਆਂ ਨਿਸ਼ਾਨੀਆਂ ਫਿਰ ਜੱਸਾ ਸਿੰਘ ਆਹਲੂਵਾਲੀਆ ਵੇਲੇ ਉਹਨਾਂ ਦੇ ਸਥਾਪਿਤ ਕੀਤੇ ਹੋਏ, ਉਹ ਜਿਹੜੇ ਚਿੰਨ੍ਹ ਮਿਲਦੇ ਆ ਉਹਨਾਂ ਦੇ ਸਥਾਪਿਤ ਕੀਤੇ ਮਿਲਦੇ ਆ, ਉਹ ਹਾਕਮਾਂ ਨੇ ਵੀ ਇਸ ਸਥਾਨ ਤੋਂ ਖਤਮ ਕੀਤੇ। ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਵੇਸਲੇਪਣ ਕਰਕੇ ਵੀ ਖਤਮ ਹੋਏ। ਜੋੜ ਮੇਲ ਦੀ ਹਿਸਟਰੀ ਕਦੋਂ, ਜਿਹੜਾ ਜੋੜ ਮੇਲ ਸ਼ੁਰੂ ਹੋਇਆ, ਇਹ ਵੈਸੇ ਲੋਕ ਆਉਂਦੇ ਹੁੰਦੇ ਸੀ ਜਾਂ ਫਿਰ ਆਫੀਸ਼ਲੀ ਕਦੋਂ, ਮਤਲਬ ਇਹਦੀ ਸ਼ੁਰੂਆਤ ਕੋਈ ਹਿਸਟਰੀ ਹੈ ਇਸ ਤਰ੍ਹਾਂ? ਹਾਂਜੀ, ਉਸ ਤੋਂ ਬਾਅਦ ਸਿੱਖ ਕਦੋਂ ਜੋੜਨ ਲੱਗੇ, ਜਦੋਂ ਸ਼ਹਾਦਤ ਹੋਈ ਛੋਟੇ ਸਾਹਿਬਜ਼ਾਦੇ, ਉਦੋਂ ਬਾਅਦ ਕਦੋਂ ਜੋੜਨ ਲੱਗੇ ਸਿੱਖ? ਇਹ ਜਿੰਨਾ ਮੈਂ ਬਜ਼ੁਰਗਾਂ ਕੋਲੋਂ ਸੁਣਦਾ, ਉਸ ਵੇਲੇ ਤਾਂ ਪਹਿਲੀ ਵਾਰੀ ਸਿੱਖਾਂ ਨੇ 1710 ਵਿੱਚ ਹੀ ਆ ਕੇ ਮੱਥਾ ਟੇਕਿਆ ਇਸ ਧਰਤੀ 'ਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਅਕੀਦਤ ਨਾਲ ਕਿ ਮੇਰੇ ਗੁਰੂ ਲਾਲਾਂ ਦੇ, ਮਾਂ ਗੁਜਰੀ ਜੀ ਦੇ ਇੱਥੇ ਚਰਨ ਟਿੱਕੇ ਆ, ਪਹਿਲੀ ਵਾਰੀ ਤਾਂ ਉਹਨਾਂ ਸਿੱਖਾਂ ਨੇ ਆ ਕੇ ਹੀ ਸ਼ਰਧਾ ਭਾਵਨਾ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ। ਚੱਪੜਚਿੜੀ ਤੋਂ ਆ ਗਏ ਜਦੋਂ ਜਿੱਤ ਕੇ ਇੱਥੇ। ਹਾਂ, ਉਸ ਤੋਂ ਬਾਅਦ ਮੈਂ ਵੇਖਦਾ ਬਜ਼ੁਰਗਾਂ ਕੋਲ, ਇੱਥੋਂ ਜਿੰਨਾ ਪਤਾ ਕਰਦਾ, ਇੱਧਰ ਤਵੱਜੋ ਦਿੰਦੇ ਸੀ ਪਟਿਆਲੇ ਵਾਲਾ ਰਾਜ ਘਰਾਣਾ, ਉਹਨਾਂ ਨੇ ਕੀਤਾ। ਹਾਂ, ਮਹਾਰਾਜਾ ਭੁਪਿੰਦਰ ਸਿੰਘ ਜੀ, ਯਾਦਵਿੰਦਰ ਸਿੰਘ, ਉਹਨਾਂ ਨੇ ਇੱਕ ਰਵਾਇਤ ਕਾਇਮ ਕੀਤੀ ਹੋਈ ਸੀ। ਉਹ ਦੱਸਦੇ ਆ ਕਿ ਭਾਵੇਂ ਇੰਨ ਹੁਣ ਜਿੰਨੇ ਇਕੱਠ ਤਾਂ ਨਹੀਂ ਸੀ ਹੁੰਦੇ, ਪਰ ਉਦੋਂ ਵੀ ਉਹ ਕਾਫੀ ਇਕੱਠ ਹੁੰਦੇ ਸੀ। ਕੁਛ ਫੋਟੋ ਵਾਇਰਲ ਹੁੰਦੀਆਂ। ਹਾਂ, ਉਹ ਮੋਢਿਆਂ ਦੇ ਉੱਤੇ ਪਾਲਕੀ ਸਾਹਿਬ ਲੈ ਕੇ ਆਪ ਆਪਣੇ ਮੋਢਿਆਂ 'ਤੇ ਚੁੱਕ ਕੇ ਵਿਰਾਗ ਨਾਲ ਜੋਤੀ ਸਰੂਪ ਸਾਹਿਬ ਤੱਕ ਜਾਂਦੇ, ਜਿਹੜੀਆਂ ਹੁਣ ਆਪਾਂ ਗੱਡੀਆਂ 'ਚ ਜਾਂਦੇ ਹਾਂ। ਅਤੇ ਇਹ ਉਹਨਾਂ ਦੇ ਵੇਲੇ ਦੀ ਆ, ਉਹਨਾਂ ਦੇ ਪੂਰੇ ਜਿਹੜਾ ਫੌਜੀ ਲਾਮ ਲਸ਼ਕਰ, ਉਹਨਾਂ ਦਾ ਜ਼ਿਕਰ ਤਾਂ ਭਗਤ ਪੂਰਨ ਸਿੰਘ ਜੀ ਵੀ ਕਰਦੇ ਆ ਨਾ, ਕਿ ਜਦੋਂ ਮੈਂ ਇੱਥੇ ਆਇਆ, ਯਾਦਵਿੰਦਰ ਸਿੰਘ ਹੋਰਾਂ ਦੀ ਪਰਸਨੈਲਿਟੀ ਵੇਖੀ ਅਤੇ ਮੇਰੇ ਮਨ 'ਚ ਸ਼ੌਂਕ ਆਇਆ ਕਿ ਮੈਂ ਇੱਦਾਂ ਦਾ ਸਿੱਖ ਬਣਨਾ, ਵੀ ਉਹਨਾਂ ਦੇ ਅਫਸਰ ਵੇਖੇ ਨਾਲ ਜਦੋਂ। ਤੋ ਇੱਥੇ ਜੋੜ ਮੇਲ ਜਿਹੜਾ ਸੀ ਉਹ ਉਹਨਾਂ ਦੀ, ਉਹਨਾਂ ਨੇ ਮੇਰੇ ਖਿਆਲ 800 ਕਿੱਲਾ ਜ਼ਮੀਨ ਦਿੱਤੀ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ, ਜਿੱਥੇ ਆ ਯੂਨੀਵਰਸਿਟੀ, ਇਹ ਕਾਲਜ, ਸਾਰਾ ਕੁਛ। ਸੋ ਇਹ ਜ਼ਿਆਦਾ ਲਗਾਓ ਜਿਹੜਾ ਸੀ ਲੋਕਾਂ 'ਚ ਪ੍ਰਚਲਿਤ, ਕੁਦਰਤੀ ਆ ਜਦੋਂ ਰਾਜੇ ਆ ਕੇ ਤੋਜੋ ਦਿੰਦੇ ਆ, ਫਿਰ ਪਰਜਾ ਵੀ ਉਹਨਾਂ ਦਾ, ਲਾਮ ਲਸ਼ਕਰ ਵੀ ਆਉਂਦਾ। ਤੋ ਹੌਲੀ ਹੌਲੀ, ਕਿਉਂਕਿ ਪਹਿਲਾਂ ਮੁਗਲਾਂ ਦਾ ਰਾਜ ਸੀ, ਲੋਕ ਭੈ ਭੀਤ ਸੀ, ਫਿਰ ਹੌਲੀ ਹੌਲੀ ਜਦੋਂ ਸਿੱਖਾਂ ਦੀਆਂ, ਭਾਵੇਂ ਉਹ ਮਿਸਲਾਂ ਦਾ ਸਮਾਂ ਆਇਆ, ਅਤੇ ਖਾਸ ਕਰਕੇ ਪਟਿਆਲਾ ਘਰਾਣੇ ਨੇ ਇੱਥੇ ਜ਼ਮੀਨਾਂ ਨਾਂ ਲਵਾਈਆਂ, ਰੌਣਕਾਂ ਲੱਗਣ ਲੱਗੀਆਂ ਲੋਹ ਲੰਗਰ ਦੇ ਨਾਂ ਦੇ ਉੱਤੇ, ਅਤੇ ਉਹ ਇਨਕਮ ਹੋਣ ਲੱਗੀ,
ਤੇ ਫਿਰ ਹੌਲੀ ਹੌਲੀ ਵਿਸਥਾਰ ਹੋ ਜਾਂਦਾ। ਸੋ ਪਟਿਆਲਾ ਘਰਾਣੇ ਦੀ ਵੱਡੀ ਦੇਣ। ਸਿੱਖਾਂ ਦੀਆਂ ਸਿੱਧੀਆਂ ਲੜਾਈਆਂ ਵੀ ਹੋਈਆਂ, ਸਿੱਖ ਸਿੱਧੀਆਂ ਲੜਾਈਆਂ ਵੀ ਲੜੇ, ਸਿੱਖ ਗੁਰੀਲਾ ਵਾਰ ਵੀ ਲੜਦੇ ਰਹੇ। ਅਤੇ ਪਿਛਲੇ ਦੌਰ 'ਚ ਆਪਾਂ ਜ਼ਿਆਦਾ ਚਰਚਾ ਜਿਹੜੀ ਦੇਖਦੇ ਹਾਂ ਉਹ ਅਸੀਂ ਦੇਖਦੇ ਹਾਂਗੇ ਕਿ ਸ਼ਾਇਦ ਆਰ ਪਾਰ ਦੀਆਂ ਲੜਾਈਆਂ ਹੋਈਆਂ, ਨੈਗੋਸ਼ੀਏਸ਼ਨਾਂ ਬੜੀਆਂ ਹੋਈਆਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ। ਗੁਰੂ ਹਰਗੋਬਿੰਦ ਜੀ ਜਹਾਂਗੀਰ ਦੇ ਕੋਲ ਜਾਂਦੇ ਨੇ ਗੱਲਬਾਤ ਦਾ, ਜਿਹੜਾ ਡਾਇਲੋਗ ਦਾ ਮੈਂ ਗੱਲ ਕਰਦਾਂਗਾ। ਫਿਰ ਆਪਾਂ ਉਦੋਂ ਬਾਅਦ ਵੀ ਦੇਖਦੇ ਹਾਂ ਪਹਾੜੀ ਰਾਜਿਆਂ ਵਾਲਾ ਦੌਰ ਵੀ ਦੇਖਦੇ ਹਾਂਗੇ, ਜਿਸ 'ਚ ਗੁਰੂ ਸਾਹਿਬ ਆਪਣੇ ਤਰੀਕੇ ਨਾਲ ਜਿੱਥੇ ਡਾਇਲੋਗ ਦੀ ਲੋੜ ਆ ਕਰ ਰਹੇ ਨੇਗੇ। ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿ ਜਦੋਂ ਮੈਂ ਓਪਨਿੰਗ ਕੀਤੀ ਸੀਗੀ ਕਿ ਇੱਕ ਪਾਸੇ ਸਾਡੇ ਕੋਲ ਧਰਮ ਦੀ ਉਹ ਵਿਰਾਸਤ ਆ, ਇੱਕ ਪਾਸੇ ਸਾਡੇ ਕੋਲ ਇੱਕ ਹਿਸਟਰੀ ਆ, ਇੱਕ ਪਾਸੇ ਮਾਡਰਨ ਦਿਨ ਨੇਗੇ, ਅੱਜ ਸਿੱਖਾਂ ਮੂਹਰੇ ਚੈਲੇਂਜ ਨੇ ਬਹੁਤ ਸਾਰੇ, ਹੈ ਨਾ, ਉਹ ਸਾਰੇ ਤਰ੍ਹਾਂ ਦੇ ਚੈਲੇਂਜ ਨੇਗੇ, ਹੈ ਨਾ, ਉਹ ਰਾਜਨੀਤਿਕ ਵੀ ਨੇ, ਉਹ ਸਮਾਜਿਕ ਵੀ ਨੇ, ਉਹ ਕਰੀਅਰ ਓਰੀਐਂਟਡ ਵੀ ਹੋ ਸਕਦੇ ਆ ਕਿਸੇ ਵੀ ਤਰ੍ਹਾਂ ਦੇ। ਤਾਂ ਕਿੰਨੀ ਇੰਪੋਰਟੈਂਸ ਆ, ਉਹਨਾਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ? ਗੁਰੂ ਸਾਹਿਬ ਨਾਲ ਨਾਲ ਜਿੱਥੇ ਲੋੜ ਹੁੰਦੀ ਸੀ ਡਾਇਲੋਗ 'ਚ ਰਹੇ, ਨੈਗੋਸ਼ੀਏਸ਼ਨਾਂ 'ਚ ਰਹੇ, ਜਾਂ ਜ਼ਫਰਨਾਮੇ ਦਾ ਆਪਾਂ ਗੱਲ ਕਰੀਏ, ਜ਼ਫਰਨਾਮੇ ਦੇ ਹਵਾਲੇ ਨਾਲ ਦੱਸੋ ਜੀ ਤੁਸੀਂ। ਜਿਹੜੀ ਜੇ ਸਿੱਖੀ 'ਚ ਰੀੜ੍ਹ ਦੀ ਹੱਡੀ ਕਹੀਏ ਨਾ ਅਸੀਂ, ਬੁਨਿਆਦ ਕਹੀਏ, ਉਹ ਸੰਵਾਦ ਹੈ। ਗੁਰੂ ਨਾਨਕ ਸਾਹਿਬ ਜੀ ਹਰ ਉਸ ਜਗ੍ਹਾ 'ਤੇ ਗਏ ਜਿਹਨੂੰ ਅਸੀਂ ਕਹਿ ਸਕਦੇ ਹਾਂ ਅੱਜ ਆਪਣੀ ਬੋਲੀ 'ਚ ਵੀ ਵਿਚਾਰਧਾਰਕ ਵਿਰੋਧਤਾ ਸੀ, ਜਿੱਥੇ ਆਪਾਂ ਵਿਰੋਧੀ ਵਿਚਾਰਧਾਰਾ ਸੀ, ਜਿੱਥੇ ਭਾਵੇਂ ਉਹ ਪਾਂਡੇ ਸੀ, ਭਾਵੇਂ ਉਹ ਜੋਗੀ ਸੀ, ਭਾਵੇਂ ਉਹ ਕਾਬਾ ਸ਼ਰੀਫ ਦੇ ਵਿੱਚ ਕਾਜੀ ਸੀ, ਨਾ ਸੀ ਸਿੱਧ ਸੀ ਨਾ, ਹਾਂ, ਸਾਡੇ ਕੋਲ ਬਾਣੀ ਮਿਲਦੀ ਹੈ ਸਿੱਧ, ਗੋਸ਼ਟ ਮਤਲਬ ਸੰਵਾਦ ਡਾਇਲੋਗ। ਗੁਰੂ ਸਾਹਿਬ ਜੀ ਜਦੋਂ ਇਕੱਠ ਹੁੰਦੇ ਆ ਅਤੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ, ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲਿਆ ਜੀ, ਮਤਲਬ ਕਿੱਦਾਂ ਬਾਬਾ ਜੀ ਨੇ ਕਰਤਾਰਪੁਰ ਸੁਣਿਆ, ਮੇਲਾ ਲੱਗਣਾ, ਕਹਿੰਦੇ ਚਲੋ ਚੱਲੀਏ। ਉੱਥੇ ਜਾ ਕੇ ਕੀ ਕੀਤਾ? ਸੰਵਾਦ। ਹਾਲਾਂਕਿ ਅਸੀਂ ਜਿੰਨਾ ਕੁ ਪੜ੍ਹਦੇ ਹਾਂ ਕਿ ਸਿੱਧ ਆਪਣੀਆਂ ਤਾਕਤਾਂ ਦੱਸਦੇ ਆ ਵੀ ਸਾਡੇ ਕੋਲ ਸਾਡੀਆਂ ਜਿਹੜੀਆਂ ਸਿੱਧੀਆਂ ਤਾਕਤਾਂ ਨੇ, ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੱਸੀ ਚਲੋ। ਜਦੋਂ ਉਹ ਸਾਰਾ ਜ਼ੋਰ ਜ਼ਾਰ ਲਾ ਕੇ ਹਟ ਜਾਂਦੇ ਆ, ਫਿਰ ਬਹਿ ਜਾਂਦੇ ਟਿੱਕ ਕੇ, ਫਿਰ ਬਾਬਾ ਜੀ ਸੰਵਾਦ ਕਰਦੇ। ਜਿਹੜੇ ਗੁਰੂ ਸਾਹਿਬ ਨੂੰ ਕੁਰਾਈਆ ਅਤੇ ਭੂਤਨਾ ਕਹਿੰਦੇ ਸੀ, ਇੱਟੇ ਮਾਰੇ, ਜੀਵਨ ਕਾਜੀ ਨੇ ਠੁੱਡਾ ਮਾਰਿਆ, ਲੱਤਾਂ ਵੀ ਮਾਰੀਆਂ, ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਸਿੱਧ ਕਹਿੰਦੇ ਆ ਉਹ ਬੱਚਿਆ ਜਾ ਪਾਣੀ ਭਰ ਕੇ ਲਿਆ, ਜਿਹੜੀ ਸਿੱਧਾਂ ਦੀ ਭਾਸ਼ਾ ਸੀ, ਬਾਬਾ ਜੀ ਪਾਣੀ ਭਰ ਲਿਆਉਂਦੇ, ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਮੈਨੂੰ ਕਹਿ ਲਓ, ਤੁਸੀਂ ਉਹ ਕਹਿ ਲਓ, ਮੇਰੇ ਕੋਲ ਪਾਣੀ ਭਰਾ ਲਓ, ਲੰਬੀ ਵਿਥਿਆਓ, ਪਰ ਕਹਿੰਦੇ ਮੇਰੇ ਨਾਲ ਡਿਸਕਸ਼ਨ ਜ਼ਰੂਰ ਕਰੋ। ਅਤੇ ਜਿਹੜੇ ਉਹ ਕਹਿੰਦੇ ਸੀ, ਜਿਹੜੇ ਠੁੱਡੇ ਮਾਰਦੇ ਸੀ, ਜਦੋਂ ਬਾਬਾ ਜੀ ਨਾਲ ਸੰਵਾਦ ਕਰਦੇ ਆ ਤਾਂ ਸਾਰਿਆਂ ਨੂੰ ਇਹ ਮੰਨਣਾ ਪੈਂਦਾ, ਅਤੇ ਉਹ ਕਹਿੰਦੇ ਆ ਧੰਨ ਨਾਨਕ ਤੇਰੀ ਵੱਡੀ ਕਮਾਈ। ਰੀੜ੍ਹ ਦੀ ਹੱਡੀ ਸੰਵਾਦ ਸੀ ਸਿੱਖਾਂ ਦੇ ਕੋਲ, ਗੁਰੂ ਸਾਹਿਬ ਜੀ ਦੇ। ਬਾਕੀ ਅਸੀਂ ਸਾਰਾ ਛੇਵੇਂ ਪਾਤਸ਼ਾਹ ਜੀ ਦਾ ਵੇਖਦੇ ਹਾਂ, ਨੌਵੇਂ ਪਾਤਸ਼ਾਹ ਜੀ ਦਾ, ਦਸਮ। ਤੁਸੀਂ ਵੇਖੋ, ਬੰਦਾ ਸਾਡਾ ਨੁਕਸਾਨ ਕਰਦੇ, ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕਹਿ ਜਾਂਦੇ ਹਾਂ ਵੀ ਜਦੋਂ ਮੌਕਾ ਲੱਗੇਗਾ ਇਹਦੇ 'ਤੇ ਹਮਲਾ ਕਰਨਾ, ਜਾਂ ਇਹ ਹਮਲਾ ਕਰੇਗਾ, ਇੱਕ ਕੰਧ ਨਿਕਲ ਜਾਂਦੀ ਹੈ। ਗੁਰੂ ਸਾਹਿਬ ਜੀ ਸਾਰਾ ਕੁਝ ਵਾਪਰਦਾ, ਪੁੱਤ ਸ਼ਹੀਦ ਹੁੰਦੇ ਆ, ਅੱਖਾਂ ਸਾਹਮਣੇ ਵੇਖਦੇ ਆ, ਅਤੇ ਦੀਨਾ ਕਾਂਗੜ ਜਾ ਕੇ ਜਦੋਂ ਜ਼ਫਰਨਾਮਾ ਲਿਖਦੇ ਆ, ਅਤੇ ਉਹ ਔਰੰਗਜ਼ੇਬ ਨੂੰ ਕਹਿੰਦੇ ਆ ਵੀ ਆ, ਜਿੱਥੇ ਉਹ ਕਹਿੰਦੇ ਮੇਰਾ ਖਾਲਸਾ ਜਿਹਾ ਸੁਧ ਕੇ ਜੋ ਬਚਗਾ ਕੁਸ਼ਤਾ ਚਾਰ ਕੇ, ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਚੜ੍ਹਦੀ ਕਲਾਂ ਦੀਆਂ ਗੱਲਾਂ ਨੇ, ਚਮਰਦੀ ਕੇ ਅਗਰ ਖਮੋਸ਼ਾ ਕੁਨੀ ਕਿਹਾ, ਤਾਂ ਕੀ ਹੋਇਆ, ਚਾਰ ਚੰਗਿਆੜੀਆਂ ਬੁਝਾ ਲਈਆਂ, ਭਾਂਬੜ ਮੱਚਦੇ ਨੇ। ਉੱਥੇ ਉਹਨੂੰ ਕਹਿੰਦੇ ਇਹ ਨਾ ਸਮਝ ਵੀ ਤੂੰ ਮੈਂ ਖਤਮ ਕਰਤਾ ਸਾਰਾ ਕੁਛ,
ਇਹ ਵਿਚਾਰ ਕਦੀ ਨਹੀਂ ਖਤਮ ਹੋਣੀ। ਅਤੇ ਮਹਾਰਾਜ ਕਹਿੰਦੇ ਵੀ ਆ ਮੈਂ ਆਪਣੇ ਮੈਨੂੰ ਆਪਣੇ ਮਾਲਵੇ ਦੇ ਸਿੱਖਾਂ 'ਤੇ ਯਕੀਨ ਹੈ, ਤੇਰਾ ਵਾਲ ਵਿੰਗਾ ਨਹੀਂ ਹੋਏਗਾ, ਤੂੰ ਮੇਰੇ ਨਾਲ ਆ ਕੇ ਡਿਸਕਸ਼ਨ ਕਰ। ਔਰੰਗਜ਼ੇਬ ਦੀ ਬੇਵਸੀ ਹੈ ਮਹਾਰਾਜ, ਔਰੰਗਜ਼ੇਬ ਸਾਰਾ ਇਤਿਹਾਸ ਪੜ੍ਹੋ, ਤੱਥ ਇਹ ਆ ਕਿ ਗੁਰੂ ਸਾਹਿਬ ਔਰੰਗਜ਼ੇਬ ਨੂੰ ਮਿਲਣ ਨੂੰ ਜਾਂਦੇ ਆ ਦੱਖਣ ਨੂੰ, ਅਤੇ ਰਸਤੇ 'ਚ ਖਬਰ ਮਿਲਦੀ ਆ ਵੀ ਔਰੰਗਜ਼ੇਬ ਦੀ ਡੈਥ ਹੋ ਗਈ ਆ, ਅਤੇ ਫਿਰ ਮਹਾਰਾਜ ਰੁੱਖ ਬਦਲ ਲੈਂਦੇ ਆ। ਉਹਨਾਂ ਨੂੰ ਇਸ ਗੱਲ ਨਾਲ ਮਤਲਬ ਠੀਕ ਹੈ, ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ ਦੀ ਗੱਲ ਸਮਝ ਆਉਂਦੀ ਆ, ਜਾਂ ਕੁਝ ਲੋਕ ਐਸੇ ਹੁੰਦੇ ਆ ਜਿਹਨਾਂ ਨੂੰ ਪਿਆਰ ਦੀ ਬੋਲੀ ਮੁੱਕ ਜਾਂਦੀ ਆ, ਹੈਵਾਨ ਹੋ ਜਾਂਦੇ ਆ, ਸਮੇਂ ਕੁੱਤਾ ਹਲਕਾਇਆ ਜਾਏ, ਵੇਖੋ ਉਹੀ ਕੁੱਤਾ ਪਿਆਰ ਨਾਲ ਪਲੋਸੋਗੇ ਅਤੇ ਕੌੜੇ ਤੋਂ ਕੌੜਾ ਕੁੱਤਾ ਵੀ ਹੈ ਨਾ ਪਿਆਰ ਨਾਲ ਵੱਸ ਜਾ ਜਾਂਦਾ, ਹਲਕਾਇਆ ਜਾਏ ਤਾਂ ਨੈਚੁਰਲੀ ਆ ਫਿਰ ਇੱਕੋ ਹੀ ਹੱਲ ਰਹਿ ਜਾਂਦਾ। ਉੱਥੇ ਮਹਾਰਾਜ ਕਹਿੰਦੇ ਆ ਜ਼ਫਰਨਾਮੇ 'ਚ ਵੀ ਜਦੋਂ ਹੀਲੇ ਮੁੱਕ ਜਾਣ ਤਾਂ ਉਦੋਂ ਇੱਕੋ ਹੀ ਇੱਕ ਤਰੀਕਾ ਰਹਿ ਜਾਂਦਾ ਕਿ ਸ਼ਮਸ਼ੀਰੇ ਦਸਤਾ, ਹੈ ਨਾ, ਸ਼ਮਸ਼ੀਰ ਦੇ ਦਸਤੇ 'ਤੇ ਹੱਥ ਜਾਣਾ, ਇਹਦੇ ਤੋਂ ਬਿਨਾਂ ਕੋਈ ਹੋਰ ਹੀਲਾ ਬਾਕੀ ਨਹੀਂ ਰਹਿ ਜਾਂਦਾ। ਉਹ ਆਖਰੀ ਫੈਸਲਾ ਹੈ ਵੀ ਜਦੋਂ ਹੀ ਕੋਈ ਸਿਰ ਦੇ ਉੱਤੇ ਅਪਦਾ ਹੀ ਆ ਗਈ ਹੈ, ਹੋਰ ਕੋਈ ਭਾਸ਼ਾ ਹੀ ਨਹੀਂ ਸਮਝ ਵਿੱਚ ਰਹਿ ਗਈ, ਸਾਰੇ ਹੀਲੇ ਅਸੀਂ ਵਰਤ ਲਏ ਨੇ ਪਿਆਰ ਦੇ ਦਲੀਲ ਦੇ, ਅਤੇ ਉਹ ਨਹੀਂ ਸਮਝ ਵਿੱਚ ਪੈ ਰਿਹਾ, ਅਤੇ ਫਿਰ ਸਮਝ ਆਉਂਦੀ ਆ ਵੀ ਹੁਣ ਸ਼ਮਸ਼ੀਰ ਦੇ ਦਸਤੇ ਦੇ ਹੱਥ 'ਚ ਮਤਲਬ ਤਾਕਤ ਵਰਤ ਲਈ। ਜਿਹੜੀ ਰੀੜ੍ਹ ਦੀ ਹੱਡੀ ਹੈ ਸਿੱਖੀ ਦੀ, ਉਹ ਸੰਵਾਦ ਹੈ, ਬਾਣੀ ਲਿਖੀ ਹੈ ਮਹਾਰਾਜ ਨੇ ਗੋਸ਼ਟ ਦੇ ਨਾਂ ਦੇ ਉੱਤੇ, ਸਾਰਾ ਇਤਿਹਾਸ ਸਾਡਾ ਕਹਿੰਦਾ। ਮਹਾਰਾਜ ਜੀ ਕੁਰਕਸ਼ੇਤਰ ਜਾਂਦੇ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਪਾਲ ਮੋਚਨ ਹੈ, ਇੱਥੇ ਹਿੰਦੂ ਧਰਮ ਦਾ ਤੀਰਥ ਹੈ, ਉੱਥੇ ਵੀ ਜਾਂਦੇ ਆ, ਕੁਦਰਤੀ ਹੈ, ਵਿਦਵਾਨਾਂ ਨੂੰ ਮਿਲਦੇ ਆ ਮਹਾਰਾਜ, ਸਧਾਰਨ ਲੋਕਾਂ ਨੂੰ ਅਤੇ ਮੁਖੀ ਕਾਜੀਆਂ ਨੂੰ ਮਿਲਦੇ ਆ, ਮੁਖੀ ਪਾਂਡਿਆਂ ਨੂੰ ਮਿਲਦੇ ਆ, ਵੱਡੇ ਜੋਗੀਆਂ, ਜਿਹੜੇ ਜਿਹੜੇ ਮੱਠਾਂ ਦੇ ਮੇਨ ਕੇਂਦਰ ਸੀ, ਆਪਾਂ ਸਿੱਧੇ ਸ਼ਬਦਾਂ 'ਚ ਕਹਿ ਲਈਏ ਨਾ ਵੀ ਥੋਕ ਦਾ ਮਾਲ ਵੇਚਣ ਵਾਲੀ ਗੱਲ, ਵੀ ਵੱਡੇ ਵਪਾਰੀ ਜਿਹੜੇ ਆ, ਆਮ ਜਨਤਾ ਤਾਂ ਵਿਚਾਰੀ ਭੋਲੀ ਆ, ਉਹਨਾਂ ਦੇ ਪਿੱਛੇ ਲੱਗੀ ਹੋਈ ਸੀ, ਉਹਨਾਂ ਕੇਂਦਰਾਂ 'ਤੇ ਜਾ ਕੇ ਵੱਡੇ ਤੋਂ ਵੱਡੇ ਲੋਕਾਂ ਨਾਲ ਡਿਸਕਸ਼ਨ ਕਰਦੇ ਆ ਗੁਰੂ ਸਾਹਿਬ, ਫਿਰ ਉਹਨਾਂ ਨੂੰ ਦਲੀਲ ਨਾਲ ਸਮਝਾਉਂਦੇ ਆ ਕਿ ਇਨਸਾਨੀਅਤ ਕੀ ਹੈ, ਕੱਟੜਤਾ, ਕਰਮ ਕਾਂਡ, ਅੰਧ ਵਿਸ਼ਵਾਸ ਇਹਦੇ 'ਚੋਂ ਕੱਢਦੇ ਆ। ਕਈ ਥਾਵਾਂ 'ਤੇ ਜਾਤੀਵਾਦ ਹੈ, ਕਈ ਥਾਵਾਂ 'ਤੇ ਭਰਮ ਭੁਲੇਖੇ ਆ, ਚਿੰਨ੍ਹਾਂ ਨੂੰ, ਦਿਸ਼ਾਵਾਂ ਨੂੰ, ਰੁੱਖਾਂ ਨੂੰ, ਸੱਪਾਂ ਨੂੰ, ਪ੍ਰਕਿਰਤੀ ਨੂੰ, ਮਤਲਬ ਕਿਰਤ ਨੂੰ ਪੂਜਣਾ, ਤਾਂ ਇਹ ਗੱਲਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਆ, ਇਹਨਾਂ ਨੂੰ ਪੌਣ ਪਾਣੀ ਦੀ ਗੱਲ ਦੱਸਦੇ ਆ, ਉਹਨਾਂ ਨੂੰ ਜੂਣ ਦੀ ਗੱਲ ਦੱਸਦੇ ਆ। ਸੋ ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਸਿੱਖੀ ਜਿਹੜੀ ਆ ਉਹ ਵਿਚਾਰ 'ਤੇ ਖੜੀ ਹੈ, ਹਥਿਆਰ। ਹਾਂ, ਇੱਕ ਹੋਰ ਗੱਲ ਹੈ, ਜੇ ਵਿਚਾਰ ਤੋਂ ਬਿਨਾਂ ਹਥਿਆਰ ਹੋਏਗਾ ਨਾ, ਤਾਂ ਉਹ ਹਥਿਆਰ ਵੀ ਕਾਤਲ ਬਣਾ ਦੇਗਾ, ਕਰੂਰ ਬਣਾ ਦੇਗਾ। ਪਹਿਲਾਂ ਵਿਚਾਰ ਜਿਹਨੂੰ ਅਸੀਂ ਕਹਿੰਦੇ ਸੰਤ ਸਿਪਾਹੀ, ਪਹਿਲਾਂ ਵਿੱਚ 239 ਸਾਲ ਲੱਗੇ ਇਸ ਮੰਜ਼ਿਲ ਤੱਕ ਪਹੁੰਚਦੇ ਹਾਂ ਸੰਤ ਬਣਾ ਕੇ, ਅਤੇ ਇਹ ਹਥਿਆਰ ਤਾਂ ਡਾਕਟਰ ਦੇ ਨਸਤਰ ਵਰਗਾ, ਚਾਕੂ ਡਾਕਟਰ ਵੀ ਚਲਾਉਂਦਾ ਪਰ ਉਹ ਉਸ ਅੰਗ ਨੂੰ ਕੱਟਦਾ ਜਿਹਨੂੰ ਕੱਟਣਾ ਮਜਬੂਰੀ ਹੈ ਅਰੋਗ ਕਰਨ ਵਾਸਤੇ। ਇਸੇ ਤਰ੍ਹਾਂ ਸਮਾਜ ਨੂੰ ਅਰੋਗ ਕਰਨ ਵਾਸਤੇ ਮਹਾਰਾਜ ਨੇ ਪੂਰਾ ਐਜੂਕੇਟ ਕੀਤਾ ਸਿੱਖ ਨੂੰ, ਬੌਧਿਕ ਤਲ 'ਤੇ, ਆਤਮਿਕ ਤੌਰ 'ਤੇ, ਕਿ ਵੇਖੀ ਭੁੱਲ ਕੇ ਵੀ ਕਿਤੇ। ਗੁਰੂ ਸਾਹਿਬ ਜੀ ਦਾ ਵੱਡਾ ਸਾਹਿਬਜ਼ਾਦਾ ਜਿਹੜੀ ਮੈਂ ਜ਼ਿਕਰ ਕੀਤਾ ਵੀ ਜਾਂਦੇ ਆ ਜਦੋਂ ਬੱਸੀ, ਉਹਨੂੰ ਬੰਨ ਲਿਆਉਂਦੇ ਆ ਜ਼ਾਲਮ ਖਾਨ ਅਤੇ ਨਾਲ ਹੀ ਜਿਵੇਂ ਟੱਬਰ ਉਹਦੇ ਨੂੰ, ਅਤੇ ਹੁਣ ਪਹਿਲੀ ਫਤਿਹ ਸੀ ਬਾਬਾ ਅਜੀਤ ਸਿੰਘ ਜੀ ਦੀ, ਅਤੇ ਕੁਝ ਬੰਦੇ ਜੋਸ਼ 'ਚ ਕਹਿੰਦੇ ਆ ਜੀ ਇਹ ਪਾਪੀ ਬੜਾ, ਲੋਕਾਂ ਦੇ ਧੀਆਂ ਦੇ ਡੋਲੇ ਲੁੱਟਦਾ, ਜਿਹਦਾ ਟੱਬਰ ਵੀ ਕੋਲ ਹੈ, ਜੋ ਕੁਝ ਇਹ ਕਰਦਾ ਉਹੀ ਕੁਛ ਕਰੀਏ ਇਹਦੇ ਨਾਲ। ਅਤੇ ਤ੍ਰਿਭਕ ਇੱਕਦਮ, ਸਾਡਾ ਇਤਿਹਾਸ ਕਹਿੰਦਾ ਮਹਾਰਾਜ ਇੱਕਦਮ ਕਹਿੰਦੇ ਸੁਣ ਸਤਿਗੁਰ ਬੋਲੇ ਤੇ ਸਵੇਰਾ, ਮੈਂ ਲੈ ਚੱਲੂੰ ਪੰਥੋ ਚੇਰਾ, ਨਹਿ ਅਧੋ ਗਤੀ ਬੀਚ ਪਹੁੰਚਾਊਂ, ਕੁਬੁੱਧ ਕਰਨ 'ਤੇ ਇਹਨੇ ਹਟਾਊਂ। ਕਹਿੰਦੇ ਨਾ ਨਾ, ਮੈਂ ਇਹਨਾਂ ਨੂੰ ਇੱਕ ਕਰੈਕਟਰ ਦੇਣਾ, ਮੈਂ ਉਹ ਕੁਝ ਨਹੀਂ ਕਰਾਉਣਾ ਤਲਵਾਰ ਦੀ ਨੋਕ ਉੱਤੇ ਜੋ ਦੁਨੀਆ ਕਰ ਰਹੀ।
ਸੋ ਤਾਕਤ ਵਰਤੀ ਹੈ, ਪਰ ਪਹਿਲੀ ਵਾਰ ਪੁੱਤ ਨੇ ਕਿਉਂ ਜੰਗ ਕੀਤਾ? ਕਿਸੇ ਦੀ ਧੀ ਛਡਾ ਕੇ ਲਿਆਉਣੀ ਸੀ, ਇਸ ਲਈ ਸ਼ਸਤਰ ਵਰਤੇ। ਤੋ ਜੇ ਵਿਚਾਰ ਮਾੜੀ ਹੋਏਗੀ ਜਾਂ ਵਿਚਾਰ ਹੋਏਗੀ ਨਹੀਂ, ਤਾਂ ਉਹ ਹਥਿਆਰ ਹੈਵਾਨ ਬਣਾ ਦੇਣਗੇ, ਸ਼ੈਤਾਨ ਬਣਾ ਦੇਣਗੇ। ਸੋ ਵਿਚਾਰ ਦੀ ਤਾਬਿਆ ਵਿੱਚ ਹਥਿਆਰ। ਜ਼ਫਰਨਾਮਾ ਆਪਾਂ ਡਿਪਲੋਮੈਸੀ ਮੰਨੀਏ, ਇੱਕ ਡਿਪਲੋਮੈਸੀ ਵੀ ਮੰਨਿਆ ਜਾ ਸਕਦਾ ਉਹਨੂੰ, ਕਿ ਗੁਰੂ ਸਾਹਿਬ ਡਾਇਲੋਗ ਦੇ ਜ਼ਰੀਏ ਅੰਗੇਜ ਕਰ ਰਹੇ ਨੇ ਉਹਨਾਂ ਸਭ ਨੂੰ, ਦੇਖੋ, ਜਾਂ ਉਹਨੂੰ ਇੱਕ ਅਹਿਸਾਸ ਵੀ ਕਰਾ ਰਹੇ ਨੇ, ਯਾਨੀ ਸ਼ਬਦ ਦੇ ਨਾਲ ਹੀ ਲਾਂਤਾ ਪਾ ਰਹੇ ਸੀ, ਬੇਸਿਕਲੀ ਸ਼ਬਦ ਦੇ ਨਾਲ ਹੀ ਲਾਂਤ ਪਾਈ ਉਹਨਾਂ ਦਾ ਵੀ ਇੱਕ ਹਥਿਆ ਵਾਰ ਹੈ ਜੀ। ਡਿਪਲੋਮੈਸੀ ਦਾ ਜਿਹੜਾ ਅਰਥ ਅੱਜ ਕੀਤਾ ਜਾ ਰਿਹਾ ਨਾ, ਉਹ ਬੜਾ ਖਤਰਨਾਕ ਹੈ, ਹੈ ਨਾ? ਉਸ ਸੰਦਰਭ ਵਿੱਚ ਨਹੀਂ, ਆਪਾਂ ਮਾਡਰਨ ਧਰਮ 'ਚ ਨਹੀਂ ਕਹਿ ਸਕਦੇ ਆਪਾਂ, ਉਹ ਤਾਂ ਬੜਾ ਖਤਰਨਾਕ ਅਤੇ ਘਿਨਾਉਣਾ ਹੈ। ਮਤਲਬ ਜਿਹਨੂੰ ਬਾਣੀ 'ਚ ਕਹਿੰਦੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਉਹ ਡਿਪਲੋਮੈਸੀ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਆ ਵੀ ਜੋ ਵੀ ਮਸਲੇ ਹੱਲ ਹੋਣੇ ਆ, ਉਹ ਸੰਵਾਦ ਨਾਲ ਹੋਣੇ ਆ, ਦਲੀਲ ਨਾਲ ਹੋਣੇ ਆ, ਵਿਚਾਰਾਂ ਦੇ ਆਦਾਨ ਪ੍ਰਦਾਨ। ਬਾਣੀ 'ਚ ਬਚਨ ਹੈ ਸਾਨੂੰ, ਜਬ ਲੱਗ ਦੁਨੀਆ ਰਹੀ ਆ, ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ। ਸੋ ਬਾਣੀ ਸਿੱਖੀ ਤਾਂ ਇੱਥੇ ਟਿੱਕੀ ਹੋਈ ਹੈ। ਇਸੇ ਤਰ੍ਹਾਂ ਦਾ ਗੁਰੂ ਸਾਹਿਬ ਜਿਹੜਾ ਐਕਸਪੈਰੀਮੈਂਟ ਕਰਦੇ ਨੇ, ਜਿਹੜਾ ਬਾਅਦ 'ਚੋਂ ਮੈਨੂੰ ਲੱਗਦਾ ਨਗੇਟ ਵੀ ਹੋਇਆ ਸਿੱਖੀ 'ਚੋਂ, ਸਿੱਖਾਂ ਦੇ ਜਿਹੜੇ ਬਹੁਤ ਸਾਰੇ ਆਪਣੇ ਆਪਣੇ ਰੂਪ ਸੀਗੇ ਸਿੱਖੀ ਦੇ, ਜਿਵੇਂ ਨਿਰਮਲੇ ਸੀਗੇ, ਗੁਰੂ ਸਾਹਿਬ ਨੇ ਨਿਰਮਲਿਆਂ ਨੂੰ ਭੇਜਿਆ, ਹੈ ਨਾ? ਕਈ ਵਾਰ ਆਪਾਂ ਦੇਖਦੇ ਹਾਂ ਜਿਹੜੇ ਉਹ ਸਪੇਸ ਸੀ ਸਿੱਖੀ ਦੇ ਅੰਦਰ, ਉਸ ਤਰ੍ਹਾਂ ਨਹੀਂ ਰਹੇ ਜਿਸ ਤਰ੍ਹਾਂ ਹੁਣ ਜਾਂ ਅੱਜ ਦੇ ਦਿਨਾਂ 'ਚ ਆਪਾਂ ਦੇਖੀਏ। ਜਿੱਡੀ ਧਾਰਾ ਉਦੋਂ ਵੱਡੀ ਸੀ ਉਹ, ਜਾਂ ਜੇ ਤੁਸੀਂ ਥੋੜ੍ਹਾ ਇਹਦੇ ਵੀ ਚਾਨਣਾ ਪਾਓ ਕਿ ਗੁਰੂ ਸਾਹਿਬ ਨੂੰ ਕਿਉਂ ਲੱਗਦਾ ਕਿ ਨਿਰਮਲੇ ਬੜੇ ਇੰਪੋਰਟੈਂਟ ਆ, ਉਹ ਕਾਸਟ ਬ੍ਰਾਹਮਣ ਪੜ੍ਹਾ ਨਹੀਂ ਰਿਹਾ ਹੈਗਾ ਅਤੇ ਗੁਰੂ ਸਾਹਿਬ ਉਹਨਾਂ ਨੂੰ ਬਨਾਰਸ ਭੇਜਦੇ ਨੇ? ਜਦੋਂ ਕਈ ਵਾਰੀ ਨਾ ਸਾਨੂੰ ਅਸੀਂ ਦੇਖਾ ਦੇਖੀਏ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਕਿਸੇ ਕੋਲ ਨਹੀਂ ਪੜ੍ਹੇ, ਗੁਰੂ ਗੋਬਿੰਦ ਸਿੰਘ ਕਿਸੇ, ਗੁਰੂ ਸਾਹਿਬ ਜੀ ਕਾਜ਼ੀਆਂ ਕੋਲੋਂ ਵੀ ਪੜ੍ਹੇ, ਫਾਰਸੀ ਦੇ ਇੰਨੇ ਨਿਪੁੰਨ ਵਿਦਵਾਨ ਨੇ। ਮੈਂ ਪੜ੍ਹ ਰਿਹਾ ਸੀ, ਭਾਸ਼ਾਵਾਂ ਕਿੰਨੀਆਂ ਆਉਂਦੀਆਂ, ਹਰਪਾਲ ਸਿੰਘ ਪੰਨੂ ਜੀ ਹੋਰਾਂ ਦੀ ਮੈਂ ਪੜ੍ਹ ਰਿਹਾ ਸੀ ਇੱਕ ਦਿਨ, ਉਹ ਕਹਿੰਦੇ ਮੈਂ ਇਰਾਨ ਦੀ ਯੂਨੀਵਰਸਿਟੀ 'ਚ ਮੇਰਾ ਲੈਕਚਰ ਸੀ, ਅਤੇ ਕਹਿੰਦੇ ਮੈਂ ਬਿਸਮਿਲਲਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਰੱਬ ਦਾ ਨਾਂ ਲੈ ਕੇ ਇਸਲਾਮ 'ਚ ਸ਼ੁਰੂ ਕੀਤਾ, ਕਹਿੰਦੇ ਮੈਂ ਚੰਗੀ ਤਰ੍ਹਾਂ ਯਾਦ ਕਰਕੇ ਅਤੇ ਲਿਖ ਕੇ ਵੀ ਲੈ ਗਿਆ। ਅਤੇ ਮੈਂ ਜਦੋਂ ਉੱਥੇ ਜਾ ਕੇ ਬਿਸਮਿਲਲਾ ਪੜ੍ਹਿਆ, ਮਤਲਬ ਸ਼ੁਰੂਆਤ ਕੀਤੀ ਰੱਬ ਦਾ ਨਾਂ ਤੋਂ ਇਸਲਾਮਿਕ ਤਰੀਕੇ ਨਾਲ, ਅਤੇ ਉਹਨਾਂ ਦੇ ਸਟੂਡੈਂਟ ਕਹਿੰਦੇ ਵੀ ਇਹ ਸਾਡਾ ਸਾਨੂੰ ਆਉਂਦਾ, ਅਸੀਂ ਤੁਹਾਡਾ ਜਾਣਨਾ ਚਾਹੁੰਦੇ ਹਾਂ। ਅਤੇ ਕਹਿੰਦੇ ਮੈਂ ਜਦੋਂ ਫਿਰ ਫਾਰਸੀ ਦਾ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦਾ ਪੜ੍ਹਿਆ, ਕਹਿੰਦੇ ਫਿਰ ਮੈਂ ਮੂਲ ਮੰਤਰ ਨਹੀਂ ਪੜ੍ਹਿਆ ਵੀ ਜਿਹੜੀ ਉਹ ਸਮਝ ਸਕਦੇ ਸੀ, ਅਤੇ ਉਹ ਆਸ਼ਾਸ਼ ਕਰ ਉੱਠੇ ਵੀ ਇਹ ਕਿਸ ਵਿਦਵਾਨ ਦੀ ਲਿਖਤ ਹੈ। ਮਹਾਰਾਜ ਨੇ ਭਾਸ਼ਾਵਾਂ ਸਿੱਖੀਆਂ, ਸਲੋਹ ਵਾਲਾ ਕਾਜੀ, ਅਜਨੇਰ ਵਾਲਾ, ਮੂਸਾ ਰੋਪੜੀਆ, ਪੰਜ ਕਾਜ਼ੀਆਂ ਦਾ ਜ਼ਿਕਰ ਆਉਂਦਾ। ਉਹਨਾਂ ਪੰਜਾਂ ਕਾਜ਼ੀਆਂ ਨੂੰ ਗੁਰੂ ਸਾਹਿਬ ਜੀ ਦੀ ਸ਼ਨਾਖਤ ਵਾਸਤੇ ਫਿਰ ਇੱਥੇ ਲਿਆਂਦਾ ਗਿਆ, ਜਦੋਂ ਉਹਨੇ ਕਿਹਾ ਨਹੀਂ ਇਹ ਪੀਰਾਂ ਦੇ ਪੀਰ ਨੇ, ਇਹਨਾਂ ਨੂੰ ਨਾ ਰੋਕਿਓ। ਉਹਨਾਂ ਕੋਲ ਗੁਰੂ ਸਾਹਿਬ ਜੀ ਅਰਬੀ ਸਿੱਖਦੇ ਸੀ, ਫਾਰਸੀ ਸਿੱਖਦੇ ਸੀ, ਕਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ। ਸੋ ਸਿੱਖਣਾ ਕੋਈ ਗੁਨਾਹ ਨਹੀਂ ਹੈ। ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੀ ਸਿੱਖਿਆ ਦਾ ਪ੍ਰਬੰਧ, ਗੁਰੂ ਸਾਹਿਬ ਆਪਣੀ ਲਿਖਤ 'ਚ ਕਹਿੰਦੇ ਆ, ਮਦਰ ਦੇਸ ਹਮ ਕੋ ਲੈ ਆਏ, ਭਾਂਤ ਭਾਂਤ ਦਈਅਨ ਦੁਲਰਾਏ, ਕਿੰਨੀ ਅਣਕ ਭਾਂਤ ਤਨ ਰੱਛਾ, ਦਿੰਨੀ ਭਾਂਤ ਭਾਂਤ ਕੀ ਛਿੱਛਾ। ਕਹਿੰਦੇ ਮੇਰੇ ਮਾਤਾ ਪਿਤਾ ਮੈਨੂੰ ਪਟਨਾ ਸਾਹਿਬ ਤੋਂ ਪੰਜਾਬ ਲੈ ਕੇ ਆਏ, ਮੇਰਾ ਬੜਾ ਖਿਆਲ ਰੱਖਿਆ, ਮੇਰੇ ਨਾਲ ਬੜੇ ਲਾੜ ਲੜਾਏ, ਮੈਨੂੰ ਬੜਾ ਦੁਲਾਰਿਆ ਪਿਆਰਿਆ, ਅਤੇ ਮੇਰੀ ਸਿੱਖਿਆ ਦਾ ਜਿੱਥੇ ਮੇਰੀ ਰੱਖਿਆ ਹਰ ਤਰ੍ਹਾਂ ਨਾਲ ਕੀਤੀ, ਉੱਥੇ ਮੈਨੂੰ ਦਿੰਨੀ ਭਾਂਤ ਭਾਂਤ ਕੀ ਛਿੱਛਾ, ਮੇਰੀ ਹਰ ਤਰ੍ਹਾਂ ਦੀ ਸਿੱਖਿਆ ਦਾ ਪ੍ਰਬੰਧ। ਨੈਚੁਰਲੀ ਹੈ, ਸੰਸਕ੍ਰਿਤੀ ਬ੍ਰਾਹਮਣ ਪੜ੍ਹਦੇ ਸੀ, ਫਾਰਸੀ ਜਿਹੜੇ ਆ ਉਹ ਕਾਜ਼ੀਆਂ ਦੇ ਕੋਲ ਸੀ, ਤਾਂ ਗੁਰੂ ਸਾਹਿਬ ਜੀ ਜੇ ਆਪ ਸਿੱਖਦੇ ਨੇ ਤਾਂ ਸਾਨੂੰ ਵੀ ਕਹਿੰਦੇ ਆ ਸਿੱਖਾਂ ਨੂੰ ਵੀ ਸਿੱਖੋ ਜਿੱਥੋਂ ਸਿੱਖਣ ਨੂੰ ਮਿਲਦੀ ਹੈ, ਸਿੱਖਣਾ ਬੁਰਾ ਨਹੀਂ। ਤਾਂ ਮੈਂ ਨਿਰਮਲਿਆਂ ਦੇ ਸੰਦਰਭ 'ਚ ਅਗਰ ਤੁਸੀਂ ਗੱਲ ਕਰੋਗੇ ਕਿ ਬਿਲਕੁਲ ਜਿਹੜੀ ਸੰਪਰਦਾ ਫਿਰ ਪੂਰੀ ਬਣਦੀ ਆ ਬਾਅਦ 'ਚੋਂ, ਜਦੋਂ ਗੁਰੂ ਸਾਹਿਬ ਭੇਜਦੇ ਆ ਉਹਨਾਂ ਨੂੰ ਬਨਾਰਸ ਭੇਜਦੇ ਆ, ਬਨਾਰਸ ਭੇਜਦੇ ਜੀ, ਜ਼ਿਕਰ ਆਉਂਦਾ ਇਤਿਹਾਸ ਵਿੱਚ।
ਤਾਂ ਮੈਂ ਇਹੀ ਕਹਿੰਦਾ ਵੀ ਕਿਤੇ ਵੀ ਭੇਜ ਦਿਆ, ਇਹ ਗੱਲ ਸਿਰਫ ਮੁੜ ਕੇ ਆਪਣੀ ਜਮਾਤ ਚਲਾਉਣ ਦੀ ਨਹੀਂ ਹੈ। ਪਤਾ ਨਹੀਂ ਕਿਹੜੀ ਕਿਹੜੀ ਵਿੱਦਿਆ ਲਈ, ਹੋ ਸਕਦਾ ਮੈਥ ਵਾਸਤੇ ਗੁਰੂ ਸਾਹਿਬ ਨੇ ਆਪਣੇ ਸਿੱਖ ਕਿਤੇ ਭੇਜੇ ਹੋਣ, ਵੀ ਫਲਾਣਾ ਬੰਦਾ ਉਵੇਂ ਜਿਵੇਂ ਇੱਕ ਪਿਓ ਨੂੰ ਫਿਕਰ ਹੁੰਦਾ ਵੀ ਮੈਂ ਕਿੱਥੇ ਕਿੱਥੇ ਟਿਊਸ਼ਨ ਪੜ੍ਹਾਉਣੀ ਹੈ। ਤਾਂ ਇਹਦੀ ਕੋਈ ਬਹੁਤੀ ਵੱਡੀ ਅਹਿਮੀਅਤ ਨਹੀਂ ਕਿ ਅਸੀਂ ਉਹਦੀ ਮੁੜ ਕੇ ਜਮਾਤ ਬਣਾ ਕੇ ਅਤੇ ਲਕੀਰ ਖਿੱਚ ਲਈਏ ਕੋਈ। ਸਾਰੇ ਸਿੱਖ ਇੱਦਾਂ ਨਿਪੁੰਨ ਕੀਤੇ ਸੀ, ਵਿੱਦਿਆਵਾਨ ਸਿੱਖਾਂ ਦਾ ਅੱਜ ਵੀ ਸਾਨੂੰ ਸਤਿਕਾਰ ਕਰਨਾ ਚਾਹੀਦਾ, ਨਾ ਹੀ ਉਹਨਾਂ ਨੂੰ ਕਿਸੇ ਨਾ ਗੁਰੂ ਸਾਹਿਬ। ਵੇਖੋ ਜਦੋਂ ਗੁਰੂ ਸਾਹਿਬ ਜੀ ਪੰਥ ਪਰਿਵਾਰ ਬਣਾਉਂਦੇ ਆ, ਸਾਨੂੰ ਇਹ ਕਿਹਾ ਜਾਂਦਾ ਕਿ ਤੁਹਾਡਾ ਘਰ ਆਨੰਦਪੁਰ ਸਾਹਿਬ, ਤੁਹਾਡੀ ਮਾਂ ਸਾਹਿਬ ਕੌਰ, ਇਹ ਬੜੀ ਵੱਡੀ ਸੋਚ ਸੀ ਇੱਕ ਸੂਤਰ 'ਚ ਪਰੋਣ ਦਾ, ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਸਾਰਾ ਪੰਥ ਪਰਿਵਾਰ ਬਣ ਗਿਆ। ਉੱਥੇ ਫਿਰ ਕੱਪੜਿਆਂ ਦੇ, ਜਮਾਤਾਂ ਦੇ ਵਖਰੇਵੇਂ ਕੋਈ ਅਰਥ ਨਹੀਂ ਰੱਖਦੇ, ਠੀਕ ਹੈ ਸਕੂਲ ਦੀ ਯੂਨੀਫਾਰਮ ਹੋ ਸਕਦੀ ਹੈ, ਕਲਾਸਾਂ ਦੀ ਯੂਨੀਫਾਰਮ ਹੋ ਸਕਦੀ ਹੈ, ਪਰ ਅਸਲ 'ਚ ਸੂਤਰਧਾਰ ਜਿਹੜੀ ਆ ਉਹ ਕੀ ਹੈ ਵੀ ਅਸੀਂ ਵਾਸੀ ਆਨੰਦਪੁਰ ਸਾਹਿਬ ਦੇ। ਤੋ ਸਾਰੀ ਹਰ ਤਰ੍ਹਾਂ ਦੀ ਵਿੱਦਿਆ ਲਈ ਮਹਾਰਾਜ ਨੇ ਇਕੱਲੇ ਨਿਰਮਲਿਆਂ ਨੂੰ ਕਿਵੇਂ, ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਸਿੱਖਾਂ ਨੂੰ ਭੇਜਿਆ ਹੋਏਗਾ। ਅੱਜ ਦੇ ਦਿਨ 'ਚ ਤੁਹਾਨੂੰ ਕੀ ਲੱਗਦਾ ਗਾ ਕਿ ਜਦੋਂ ਮੈਂ ਜਿਹੜਾ ਸਵਾਲ ਮੈਂ ਸ਼ੁਰੂ 'ਚ ਉਠਾਇਆ ਸੀਗਾ, ਤੁਹਾਨੂੰ ਕੀ ਲੱਗਦਾ ਧਰਮ ਅਤੇ ਆਧੁਨਿਕਤਾ, ਧਰਮ ਇੱਕ ਮਡੇਵਲ ਹਿਸਟਰੀ ਦਾ ਫਨੋਮਨਾ, ਆਪਾਂ ਨੂੰ ਪਤਾ ਮੱਧ ਯੁੱਗ ਦੇ ਅੰਦਰ ਸਾਰੇ ਧਰਮ ਜਿੰਨੇ ਵੀ ਹੈਗੇ ਉਹ ਜਨਮ ਲੈਂਦੇ ਨੇ, ਸਿੱਖੀ ਸਭ ਤੋਂ ਮਾਡਰਨ ਧਰਮਾਂ 'ਚੋਂ ਸਭ ਤੋਂ ਆਧੁਨਿਕ ਸੀ, 500 ਸਾਲ ਹੀ ਹੋਇਆ, 550 ਸਾਲ। ਅਤੇ ਦੂਜੇ ਪਾਸੇ ਸਾਡੇ ਕੋਲ ਇਹ ਆਧੁਨਿਕਤਾ ਜਿਹੜੀ ਹੁਣ ਸਾਡੇ ਆਲੇ ਦੁਆਲੇ ਅਸੀਂ ਦੇਖ ਰਹੇ, ਜਿਹੜੀ ਮੈਂ ਗੱਲ ਕੀਤੀ ਸੀ ਇੱਕ ਟਾਈਮ ਲੈਸ ਹੋ ਜਾਣਾ ਕਿਸੇ ਦਾ ਨਾ, ਹੁਣ ਅਵਸਥਾ ਦੀ ਗੱਲ ਤੁਸੀਂ ਕਿਹਾ ਵੀ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਗੁਰੂ ਸਾਹਿਬ ਵਰਗੇ ਨਹੀਂ ਹੋ ਸਕਦੇ, ਜਾਂ ਗੁਰੂ ਸਾਹਿਬ ਵਰਗੇ ਨਹੀਂ, ਮਤਲਬ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਨੇ ਕਿ ਹਾਂ ਤੁਸੀਂ ਇਸੇ ਰਾਹ ਚੱਲੋ, ਪਰ ਅਵਸਥਾ ਤਾਂ ਹਰ ਕਿਸੇ ਦੀ ਉਹੀ ਜਿਹੀ ਹੋ ਸਕਦੀ ਹੈਗੀ ਜੋ ਗੁਰੂ ਸਾਹਿਬ ਦੀ ਸੀ, ਜਾਂ ਕੁਛ ਪਹੁੰਚੇ ਹੋਏ ਉਹਨਾਂ ਲੋਕਾਂ ਦੀ ਹੋਊਗੀ ਜਿਨ੍ਹਾਂ ਦੇ ਲਈ ਕਾਲ ਦਾ ਕੋਈ ਮੀਨਿੰਗ ਨਹੀਂ ਸੀਗਾ। ਅੱਜ ਤਾਂ ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਬੰਦੇ ਅਟਰੈਕਟ ਹੁੰਦੇ ਆ ਹਰ ਗੱਲ, ਟਾਈਮ ਅਟਰੈਕਟ ਕਰਦਾ ਬੇਸਿਕਲੀ, ਟਾਈਮ ਦੀਆਂ ਥਾਵਾਂ ਉਹ 'ਚ ਬਿਲਡਿੰਗਾਂ ਹੋ ਸਕਦੀਆਂ, ਉਹਦੇ 'ਚ ਪਦਾਰਥ ਹੋ ਸਕਦੇ ਆ, ਉਹਦੇ 'ਚ ਸਾਧਨ ਹੋ ਸਕਦੇ, ਉਹਦੇ 'ਚ ਸਫ਼ਰ ਹੋ ਸਕਦਾ। ਤੁਸੀਂ ਕਿਵੇਂ ਦੇਖਦੇ ਹੋਗੇ ਉਹ ਸਾਰੀ ਗੱਲ, ਕਿਵੇਂ ਉਹਦੇ ਹਾਣ ਦਾ ਹੋਣ ਦੀ ਲੋੜ ਆ, ਜਾਂ ਸਾਨੂੰ ਰਵਾਇਤ ਸਾਡੇ ਲਈ ਇੰਪੋਰਟੈਂਟ ਆ, ਜਾਂ ਸਾਡੇ ਲਈ ਇਹ ਗੱਲ ਦੇ ਨਾਲ ਇੰਗੇਜ ਹੋਣਾ, ਔਰ ਜਿਹੜਾ ਉਹਦੇ 'ਚੋਂ ਐਂ ਲੱਗਦਾ ਕਿ ਸ਼ਾਇਦ ਆਧੁਨਿਕਤਾ ਸਾਨੂੰ ਦੂਰ ਲੈ ਗਈ ਸਾਡੇ ਧਰਮ ਤੋਂ? ਨਹੀਂ, ਮੈਂ ਕਹਿੰਦਾ ਵੀ ਸਿੱਖੀ ਤੋਂ ਆਧੁਨਿਕ ਕੁਝ ਵੀ ਨਹੀਂ ਹੋ ਸਕਦਾ। ਗੱਲ ਇਹ ਨਹੀਂ ਹੈ ਕਿ ਆਧੁਨਿਕ ਬਿਲਡਿੰਗ ਹੈ, ਆਧੁਨਿਕ ਟੈਕਨੋਲੋਜੀ ਹੈ, ਇਹ ਤਾਂ ਸਾਧਨ ਨੇ, ਵਸੀਲੇ ਨੇ, ਇਹਨਾਂ ਨੇ ਅਸਰ ਪਾਇਆ? ਨਹੀਂ, ਇਹ ਤਾਂ ਸੁਵਿਧਾ ਹੈ ਸਿਰਫ, ਮੈਂ ਨਹੀਂ ਕਹਿੰਦਾ ਵੀ ਇਹ ਸੋਚ 'ਤੇ ਅਸਰ ਪਾ ਸਕਦੇ। ਅਸੀਂ ਕਿਸ ਸੋਚ ਨਾਲ ਇਹਨੂੰ ਵਰਤਣਾ? ਅੱਜ ਮੰਨ ਲਓ ਸਾਡੇ ਕੋਲ ਮੋਬਾਈਲ ਹੈ ਨਾ, ਆਧੁਨਿਕਤਾ, ਜੇ ਸਾਡੇ ਕੋਲ ਉਹ ਸੋਚ ਨਹੀਂ ਹੋਏਗੀ ਕਿ ਇਹਨੂੰ ਵਰਤਣਾ ਕੀ ਹੈ, ਇਹ ਜ਼ਹਿਰ ਵੀ ਹੈ ਅਤੇ ਅੰਮ੍ਰਿਤ ਵੀ ਹੈ। ਅੱਜ ਸਾਡੇ ਕੋਲ ਪਰਮਾਣੂ ਸ਼ਕਤੀ ਹੈ ਨਾ, ਪਰਮਾਣੂ ਸ਼ਕਤੀ ਮਹਾਨ ਨਹੀਂ, ਉਸ ਪਰਮਾਣੂ ਨੂੰ ਵਰਤਣਾ ਕਿਵੇਂ ਹੈ, ਐਟਮੀ ਸ਼ਕਤੀਆਂ ਨੇ ਦੇਸ਼ਾਂ ਦੇ ਕੋਲ, ਉਹ ਸੋਚ ਮਹਾਨ ਹੈ। ਜੇ ਅਸੀਂ ਉਸ ਸੋਚ ਨੂੰ ਛੱਡ ਦਿੱਤਾ ਵੀ ਉਹ ਸੋਚ ਪੁਰਾਣੀ ਹੈ, ਫਿਰ ਸਾਡਾ ਰਹਿਣਾ ਕੱਖ ਨਹੀਂ ਹੈ, ਉਹ ਐਟਮੀ ਸ਼ਕਤੀ ਜਿਹੜੀ ਆ ਉਹ ਵਿਨਾਸ਼ ਕਰ ਦੇਗੀ। ਤਰੱਕੀ ਦਾ ਮਤਲਬ ਜਾਂ ਆਧੁਨਿਕ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਸੋਚ ਨੂੰ ਛੱਡ ਦੀਏ ਜਿਹੜੀ ਕੁੰਡਾ ਬਣ ਕੇ ਸਾਡੇ ਸਿਰ 'ਤੇ ਖੜੀ ਹੈ ਕਿ ਅੱਠ ਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਦੋਂ ਤੁਸੀਂ ਗੁਰਬਾਣੀ ਦੀ ਸੋਚ ਨੂੰ ਲੈ ਕੇ ਤੁਰੋਗੇ ਨਾ, ਤਾਂ ਵਾਕਈ ਉਹ ਗੱਲ ਮੈਨੂੰ ਸਾਹਮਣੇ ਆਉਂਦੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ, ਉਹ ਚਮੜੀ ਕਰਕੇ ਨਵਾਂ ਨਹੀਂ, ਉਹ ਕੱਪੜਿਆਂ ਕਰਕੇ ਨਵਾਂ ਨਹੀਂ, ਉਹ ਸੋਚ ਕਰਕੇ ਨਵਾਂ ਜਿਹੜੀ ਕਾਲ ਤੋਂ ਮੁਕਤ ਹੈ। ਜੇ 300 ਸਾਲ ਪਹਿਲਾਂ ਸੋਚੋਗੇ, ਗੁਰੂ ਸਾਹਿਬ ਜੀ ਅੱਜ ਤੋਂ 550 ਸਾਲ ਗੁਰੂ ਨਾਨਕ ਸਾਹਿਬ 4 ਥੰਮੀਆਂ ਧਰਮ ਦੀਆਂ ਦੱਸਦੇ ਆ, ਦਇਆ, ਸੰਤੋਖ, ਕਰੈਕਟਰ
ਅਤੇ ਸੱਚ। ਜਦੋਂ ਪੰਡਿਤ ਨੂੰ ਕਹਿੰਦੇ ਆ ਵੀ ਮੇਰੇ ਜੰਜੂ ਪਾਉਣਾ ਅਤੇ ਆਹ ਚਾਰ ਗੱਲਾਂ ਹੈਗੀਆਂ ਤੇਰੇ ਕੋਲ, ਆਹ ਵੱਟ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹ ਜਿਹਨੇ ਉਹ ਜੀ ਕਾ ਹੈ ਤਾਂ ਪਾਂਡੇ ਘਰ। ਹੁਣ ਇਹ ਗੱਲ 550 ਸਾਲ ਪੁਰਾਣੀ ਹੈ। ਅੱਜ ਮਾਡਰਨ ਸਮੇਂ ਦੇ ਵਿੱਚ ਜਨੇਊ ਸੋਨੇ ਦਾ ਆ ਜੇ, ਹੀਰੇ ਦਾ ਆ ਜੇ, ਫਰਕ ਨਹੀਂ ਪੈਣਾ। ਤਰੱਕੀ ਕਿਹੜੀ ਹੋਈ ਹੈ ਵੀ ਇਹ ਕਾਲ ਦੀ ਤਰੱਕੀ ਹੈ, ਤਰੱਕੀ ਸੋਚ ਦੀ ਹੈ। ਜੇ ਬੰਦੇ 'ਚੋਂ ਦਇਆ ਮੁੱਕ ਜਾਏ, ਸੰਤੋਖ ਮੁੱਕ ਜਾਏ, ਭਾਵ ਇਹ ਫਰਕ ਨਹੀਂ ਹੈ ਕੋਈ ਮੁਸਲਮਾਨ ਹੈ, ਹਿੰਦੂ ਕੌਣ ਹੈ ਕੌਣ ਨਹੀਂ। ਇਹ ਤੱਤ ਹੈ ਕਿ ਇਨਸਾਨ ਇਨਸਾਨ ਤਾਂ ਹੈ ਜੇ ਉਹਦੀ ਤਮਾ ਸੰਤੋਖ 'ਚ ਹੈ। ਅੱਜ ਕੀ ਹੋਇਆ, ਸਾਰੀ ਦੁਨੀਆ ਦਾ ਪੈਸਾ ਇੱਕੋ ਬੰਦਾ ਇਕੱਠਾ ਕਰ ਲਏਗਾ, ਸਾਰਿਆਂ ਨੂੰ ਮਾਰ ਦੇਗਾ, ਕੀ ਕਰੇਗਾ ਉਹ? ਸੰਤੋਖ ਹੀ ਮੁੱਕ ਜਾਏਗਾ। ਅਤੇ ਸੋਚ ਨਵੀਂ ਹੈ, ਉਹ ਕਰੋੜਾਂ ਸਾਲ ਬੀਤ ਜਾਣਗੇ ਤਾਂ ਵੀ ਨਵੀਂ ਹੈ ਵੀ ਬੰਦਾ ਸੰਤੋਖ ਤਰੱਕੀ ਕਰ ਲਏ, ਠੀਕ ਹੈ, ਸਾਰੇ ਅਸਮਾਨ 'ਤੇ ਵੀ ਮਹਿਲ ਬਣਾ ਲਏ, ਸਾਰੇ ਗ੍ਰਹਿਆਂ 'ਤੇ ਮਹਿਲ ਬਣਾ ਲਏ, ਤਾਂ ਉਹ ਤਰੱਕੀ ਨੇ ਵੱਡੀ ਨਹੀਂ ਹੋਣਾ, ਸੋਚ ਨੇ ਵੱਡੀ ਹੋਣਾ, ਬੰਦੇ 'ਚ ਦਇਆ ਨਾ ਮੁੱਕੇ, ਸੰਤੋਖ। ਮੈਂ ਫੋਰ ਐਗਜ਼ਾਮਪਲ, ਵੈਸੇ ਤਾਂ ਗੋਣੇ ਇੰਨੇ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ, ਮੈਂ ਸਿਰਫ ਚਾਰਾਂ ਦੀ ਗੱਲ ਕਰ ਰਿਹਾ। ਮੈਂ ਇਹ ਕਹਿ ਰਿਹਾ ਤੁਹਾਨੂੰ ਕਿ ਆਧੁਨਿਕਤਾ ਜਿਹੜੀ ਤੁਹਾਨੂੰ ਐਂ ਲੱਗਦਾ, ਦੇਖੋ ਜਿਹੜੀਆਂ ਆਪਾਂ ਅਲਾਮਤਾਂ ਦੇਖਦੇ ਹਾਂ ਜਾਂ ਸੰਕਟ ਦੇਖਦੇ ਹਾਂ ਜਾਂ ਗੜਬੜਾਂ ਦੇਖਦੇ ਹਾਂ, ਉਹ ਗੜਬੜਾਂ ਆਧੁਨਿਕਤਾ ਦੇ ਨਾਲ ਆਈਆਂ। ਆਧੁਨਿਕਤਾ ਨੇ ਅਟਰੈਕਟ ਕੀਤਾ, ਸਿੱਖਾਂ 'ਚ ਹੀ ਮੈਂ ਗੱਲ ਕਰ ਰਿਹਾ ਹੈਗਾ, ਤਾਂ ਜਿਹੜੀਆਂ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਨੇ ਉਹ ਕਿਸੇ ਹੋਰ ਪਾਸੇ ਨੂੰ ਨਹੀਂ ਉਸ ਰੂਪ ਦੇ ਅੰਦਰ ਜੁੜ ਰਹੀਆਂ ਜਾਂ ਜੁੜੀਆਂ ਹੋਈਆਂ, ਜਾਂ ਜਿਹੜਾ ਆਈਡੀਆ ਆਫ ਸਿੱਖਿਜ਼ਮ ਹੈਗਾ ਉਹਦੇ ਆਲੇ ਦੁਆਲੇ ਜਿਹੜਾ ਕੁਝ ਬੁਣਨਾ ਸੀਗਾ ਉਹ ਨਹੀਂ ਬੁਣਿਆ ਜਾ ਰਿਹਾ ਹੈਗਾ। ਉਹਦੇ 'ਚ ਮੈਂ ਸਮਝਦਾ ਵੀ ਜੇ ਅਸੀਂ ਉਹਨਾਂ ਨੂੰ ਬਾਣੀ ਨੂੰ ਨਾ, ਜਾਂ ਇਤਿਹਾਸ ਦੀ ਵੀ ਆਪਾਂ ਗੱਲ ਕੀਤੀ, ਮੈਂ ਪਹਿਲਾਂ ਸ਼ਬਦ ਕਿਹਾ ਕਿ ਇਹਨੂੰ ਇਹ ਨਾ ਸੋਚੀਏ 1704 ਦੀ ਗੱਲ ਹੈ, ਇਹਨੂੰ ਇਹ ਇਸ ਐਂਗਲ ਤੋਂ ਵੇਖੀਏ ਕਿ ਅੱਜ ਦੀ ਗੱਲ ਹੈ। ਅੱਜ ਜ਼ੁਲਮ ਸਾਹਮਣੇ ਹੈ, ਅੱਜ ਲੋਭ ਸਾਹਮਣੇ ਹੈ, ਗੰਗੂ ਅੱਜ ਵੀ ਸਾਡੇ ਅੰਦਰ ਬੈਠਾ, ਸੁਚਾਨੰਦ ਦੀ ਚਤੁਰਾਈ ਚਾਤਰਤਾ ਅੱਜ ਵੀ ਸਾਡੇ ਅੰਦਰ ਬੈਠੀ ਹੈ। ਇਹ ਅਸੀਂ ਵੇਖਣਾ ਸੀ ਵੀ ਉਹਨੂੰ ਅੱਜ ਉਹਦੀ ਰੋਸ਼ਨੀ 'ਚ ਆਪਣਾ ਅੱਜ ਕਿੱਦਾਂ ਵੇਖਣਾ, ਠੀਕ ਆ। ਆਪਾਂ ਇੱਥੋਂ ਮੈਂ ਸਮਝਾਂਗਾ ਬੜੀ ਬੇਬਾਕੀ ਨਾਲ ਵੀ ਅਸੀਂ ਅਸਫਲ ਹੋਏ ਹਾਂ ਵੀ ਆਪਣੇ ਬੱਚਿਆਂ ਨੂੰ ਅਸੀਂ ਅੱਜ ਦੇ ਹਾਣੀ ਨਹੀਂ ਬਣਾ ਸਕੇ, ਅਤੇ ਬਹੁਤਿਆਂ ਨੂੰ ਤਾਂ ਐਂ ਲੱਗਦਾ ਵੀ ਧਰਮ ਜਿਹੜੀ ਆ ਉਹ ਰੂੜੀਵਾਦੀ ਵਿਚਾਰਧਾਰਾ, ਉਹ ਇੱਕ ਛੱਟ ਹੈ ਜੀ, ਉਹ ਇੱਕ ਭੇਖ ਨਾਲ ਜੁੜੀ ਹੋਈ ਹੈ, ਅਤੇ ਉਹ ਕਹਿੰਦੇ ਅਸੀਂ ਮਾਡਰਨਟੀ ਦਾ ਮਤਲਬ ਹੈ ਐਸ਼ੋ ਇਸ਼ਰਤ, ਮਾਡਰਨਟੀ ਦਾ ਮਤਲਬ ਹੈ ਆਜ਼ਾਦੀ। ਮੈਂ ਨੌਜਵਾਨਾਂ ਨਾਲ ਵਿਚਰਦਾ, ਹੁਣ ਮਾਡਰਨਟੀ ਦਾ ਮਤਲਬ ਜੇ ਆਜ਼ਾਦੀ, ਮੰਨ ਲਓ ਆਪਾਂ ਰੂਲ ਹੈ ਇੱਥੇ ਅਸੀਂ ਖੱਬੇ ਪਾਸੇ ਚੱਲਣਾ, ਵਿਦੇਸ਼ਾਂ 'ਚ ਸੱਜੇ ਪਾਸੇ ਚੱਲਦੇ ਹਾਂ, ਅਤੇ ਜੇ ਕਹੀਏ ਨਹੀਂ ਆਜ਼ਾਦੀ ਦਾ ਮਤਲਬ ਹੈ ਅਸੀਂ ਇੱਦਾਂ ਸੱਪ ਵਾਂਗੂ ਚੱਲਣਾ, ਵੇ ਆਫ ਲਾਈਫ ਹੈ ਨਾ, ਸੰਚਾ ਹੈ ਨਾ, ਉਸ ਸੰਚੇ 'ਚ ਬੱਝਣਾ ਪੈਣਾ ਨਾ, ਅਸੀਂ ਆਪਣੇ ਬੱਚਿਆਂ ਨੂੰ ਉਸ ਸੰਚੇ 'ਚ ਬੰਨਣ ਤੋਂ ਅਸਮਰੱਥ ਰਹੇ ਹਾਂ ਜਿੱਦਾਂ ਬੰਨਣਾ ਚਾਹੀਦਾ ਸੀ। ਉਹ ਰੂੜੀਵਾਦੀ ਨਹੀਂ ਹੈ, ਉਹ ਬੈਕਵਰਡ ਨਹੀਂ ਹੈ, ਉਹ ਜ਼ਿੰਦਗੀ ਨੂੰ ਸੁਖੀ ਰੱਖਣ ਦਾ, ਜ਼ਿੰਦਗੀ ਨੂੰ ਮੇਨਟੇਨ ਰੱਖਣ ਦਾ, ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਣ ਦਾ। ਮੰਨ ਲਓ ਸਾਡੇ ਸਰੀਰ ਵਿੱਚ ਹੀ ਹੈ ਨਾ, ਟੈਂਪਰੇਚਰ ਕਿੰਨੇ ਹੱਦ ਤੱਕ ਰਹੇ, ਪਾਣੀ ਕਿੰਨੀ ਹੱਦ ਤੱਕ ਰਹੇ, ਅਸੀਂ ਤੰਦਰੁਸਤ ਹਾਂ, ਅਤੇ ਜੇ ਲਿਮਿਟ ਕ੍ਰਾਸ ਕਰ ਗਿਆ, ਟੈਂਪਰੇਚਰ ਵੱਧ ਗਿਆ ਜਾਂ ਘੱਟ ਗਿਆ, ਤਾਂ ਵੀ ਬਿਮਾਰ ਹਾਂ। ਇਸੇ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੇ ਅੰਦਰ ਮਾਡਰਨਿਟੀ ਦੇ ਨਾਲ ਨਾਲ ਉਹਨਾਂ ਨੂੰ ਜਿਹੜਾ ਸਿਖਾਉਣਾ ਸੀ ਵੀ ਜ਼ਿੰਦਗੀ ਨੂੰ ਸੰਚੇ 'ਚ ਕਿੱਦਾਂ ਢਾਲਣਾ, ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ, ਉਹਦੇ 'ਚ ਅਸੀਂ ਕਾਮਯਾਬ ਨਹੀਂ ਹੋਏ, ਕਿਤੇ ਘਾਟ ਹੈ। ਜਿਵੇਂ ਦੋ ਗੱਲਾਂ ਚਲੋ ਮੈਂ ਸਿੱਖ ਧਰਮ ਦੇ ਅੰਦਰ ਹੀ ਕਹਿ ਦਿੰਦਾ ਹੈਗਾ, ਸਿੱਧੀਆਂ ਪਈਆਂ ਨੇ ਜਿਹੜੀਆਂ, ਇੱਕ ਥੋਟ ਇਹ ਆ ਕਿ ਰਵਾਇਤ ਇੰਪੋਰਟੈਂਟ ਆ, ਧਰਮ ਰਵਾਇਤ ਨਾਲ ਚੱਲਦਾ, ਅਤੇ ਸਾਨੂੰ ਬਹੁਤ ਹੀ ਥੋਰੋਲੀ ਰਵਾਇਤ ਨਾਲ ਜੁੜੇ ਰਹਿਣਾ ਚਾਹੀਦਾ। ਦੂਸਰਾ ਮਿਸ਼ਨਰੀ ਨੇ ਸਿੱਖੀ 'ਚ, ਮਿਸ਼ਨਰੀ ਕਾਲਜ ਆਏ, ਉਹ ਥੋਟ ਹੈਗਾ ਜਿਹੜਾ ਕਹਿੰਦਾ ਕਿ ਨਹੀਂ, ਥੋੜ੍ਹਾ ਸਾਨੂੰ
ਜਿਹੜਾ ਜੋ ਜੋ ਚੀਜ਼ਾਂ ਵਾਪਰ ਰਹੀਆਂ ਨੇ ਉਹਦੇ ਮੁਤਾਬਕ ਧਰਮ ਨੂੰ ਉਹ ਕਰਨਾ ਚਾਹੀਦਾ ਗਾ। ਤੁਹਾਨੂੰ ਕੀ ਲੱਗਦਾ ਗਾ ਕਿ ਮੈਂ ਜਿਹੜੀ ਗੱਲ ਇਹੀ ਮੈਂ ਚੈਲੰਜ ਦੇ ਰੂਪ 'ਚ ਪੁੱਛ ਰਿਹਾ ਗਾ, ਇਹ ਤਾਂ ਅਸੀਂ ਦੇਖ ਰਹੇ ਹਾਂ ਨਾ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਕੀ ਕਰ ਰਹੀ ਆ, ਕਿੱਧਰ ਨੂੰ ਜਾ ਰਹੀ ਆ, ਸਿੱਖਇਜ਼ਮ ਦੇ ਨਾਲ ਉਹਦੇ ਕਿੰਨੇ ਕਨੈਕਸ਼ਨ ਨੇ ਜਾਂ ਉਹ ਕਿੰਨਾ ਜੁੜਦੀ ਆ, ਹੈ ਨਾ, ਜਾਂ ਫਿਰ ਜਮੀ ਐਕਸਟ੍ਰੀਮ ਵਿਊ ਆ ਜਾਂਦੇ ਨੇ ਜਾਂ ਫਿਰ ਜਮੀ ਬੰਦੇ ਛੱਡ ਜਾਂਦੇ ਨੇ। ਮੈਂ ਨਾ ਡਾਕਟਰ ਰਾਧਾ ਕ੍ਰਿਸ਼ਨ ਦਾ ਜੀਵਨ ਪੜ੍ਹਿਆ ਅਤੇ ਉਹਦੇ 'ਚੋਂ ਇੱਕੋ ਹੀ ਸਤਰ ਮੈਂ ਚੇਤੇ ਰੱਖੀ ਜਿਹੜੀ ਮੇਰੇ ਮਤਲਬ ਦੀ। ਉਹ ਕਹਿੰਦੇ ਜਦੋਂ ਅਸੀਂ ਪੜ੍ਹਦੇ ਸੀ ਅਤੇ ਸਾਨੂੰ ਇਹ ਪੜ੍ਹਾਇਆ ਗਿਆ ਕ੍ਰਿਸਚਨ ਸਕੂਲਾਂ 'ਚ ਕਿ ਹਿੰਦੂ ਧਰਮ ਗਿਲਾਨੀ ਨਹੀਂ ਜਾ ਰਿਹਾ, ਅਤੇ ਕਹਿੰਦੇ ਵੀ ਸਾਡੇ ਮਨ 'ਚ ਸਵਾਲ ਸੀ ਵੀ ਧਰਮ ਨਿਗਾਰ ਨੂੰ ਕਿੱਦਾਂ ਜਾ ਸਕਦਾ। ਕਹਿੰਦੇ ਪਰ ਜਦੋਂ ਮੈਂ ਵੱਡੇ ਹੋ ਕੇ ਸਟੱਡੀ ਕਰਕੇ ਖੋਜਿਆ ਅਤੇ ਮੈਨੂੰ ਮੰਨਣਾ ਪਿਆ ਕਿ ਧਰਮ ਨਿਗਾਰ 'ਚ ਜਾ ਰਿਹਾ। ਅਤੇ ਉਹਨਾਂ ਨੇ ਕਾਰਨ ਲਿਖਿਆ ਵੀ ਕਿਉਂ ਨਿਗਾਰ 'ਚ ਜਾਂਦਾ ਧਰਮ। ਉਹ ਕਹਿੰਦੇ ਜਦੋਂ ਧਰਮ 'ਚ ਰਵਾਇਤ ਹਾਵੀ ਹੋ ਜੇ, ਪਰੰਪਰਾ ਹਾਵੀ ਹੋ ਜੇ ਅਤੇ ਪਰੰਪਰਾ ਦਾ ਸੱਚ ਗੁਆਚ ਜੇ, ਉਦੋਂ ਧਰਮ ਨਿਗਾਰ 'ਚ ਚਲਿਆ ਜਾਵੇ। ਪਰੰਪਰਾਵਾਂ ਸਾਂਭਣੀਆਂ ਚਾਹੀਦੀਆਂ। ਬਾਣੀ ਪੜ੍ਹਨੀ ਸਾਡੀ ਪਰੰਪਰਾ, ਅਖੰਡ ਪਾਠ ਦੇ ਰੂਪ 'ਚ, ਸਹਿਜ ਪਾਠ ਦੇ ਰੂਪ 'ਚ। ਪਰ ਬਾਣੀ ਕਿਉਂ ਪੜ੍ਹੀ ਜਾ ਰਹੀ ਹੈ? ਕੀ ਜਾਣਨ ਲਈ, ਕੀ ਸਮਝਣ ਲਈ, ਕੀ ਕਮਾਉਣ ਲਈ? ਜੇ ਇਹ ਛੱਡ ਦਿੱਤਾ, ਗੁਰਦੁਆਰੇ ਆਉਣਾ, ਗੋਡੇ ਟੇਕਣੇ, ਮੱਥਾ ਰੱਖਣਾ ਸਾਡੀ ਰਵਾਇਤ ਹੈ, ਮਸਤਕ ਕਿਉਂ ਰੱਖ ਰਿਹਾ, ਉਹਦੇ ਨਾਲ ਕੀ ਕਮਿਟਮੈਂਟ ਹੈ, ਕੀ ਆਇਦ ਕਰ ਰਿਹਾ ਗੁਰੂ ਨਾਲ, ਆਪਣੀ ਸੋਚ ਅੱਗੇ ਰੱਖ ਕੇ ਗੁਰੂ ਕੋਲੋਂ ਵੀ ਦੀਜਾ ਬੁੱਧ ਵਿਵੇਕਾ ਦੀ ਮੰਗ। ਲੋੜ ਇਹ ਲੜਨਾ ਇਹ ਨਹੀਂ ਹੈ ਜਿੱਦਾਂ ਅਸੀਂ ਅੱਜ ਕਰਨ ਲੱਗ ਪਏ, ਸਾਡਾ ਵੀ ਇੱਕ ਸੋਚ ਕਰਨ ਵੀ ਅਸੀਂ ਪਰੰਪਰਾਵਾਂ ਹੀ ਰੱਦ ਕਰਨੀਆਂ। ਪਰੰਪਰਾਵਾਂ ਰੱਦਣ ਦੀ ਬਜਾਏ ਪਰੰਪਰਾਵਾਂ ਦਾ ਸੱਚ ਕੀ ਸੀ ਉਹ ਸਮਝਾਈਏ। ਪਰੰਪਰਾ ਅਮੀਰ ਹੋ ਜਾਏਗੀ। ਅਖੰਡ ਪਾਠ ਕਰਾਉਣਾ ਬੁਰਾ ਨਹੀਂ ਹੈ, ਉਹ ਕਿਉਂ ਕਰਾਇਆ ਜਾ ਰਿਹਾ, ਮਸਤਕ ਰੱਖਣਾ ਬੁਰਾ ਨਹੀਂ ਹੈ, ਉਹ ਕਿਉਂ ਰੱਖਿਆ ਜਾ ਰਿਹਾ, ਉਹਦੀ ਸੈਂਸ ਜਿਹੜੀ ਸੀ ਨਾ, ਉਹਦੀ ਰੋਸ਼ਨੀ ਜਿਹੜੀ ਉਹ ਜ਼ਰੂਰੀ ਹੈ। ਪਰੰਪਰਾ ਨਾਲ ਲੜਨਾ ਤਾਂ ਇਹ ਆ, ਫਿਰ ਉਹ ਵਾਕਈ ਤੁਹਾਡੇ ਵਾਲੀ ਗੱਲ ਦੋ ਧੜੇ ਬਣ ਜਾਣਗੇ ਵੀ ਮੈਂ ਵੀ ਰੱਦ ਕਰਦਾ, ਇਹ ਵੀ ਰੱਦ ਕਰਦਾ, ਉਹ ਕਹੇਗਾ ਨਹੀਂ ਮੈਂ ਇਹਨੂੰ ਢੋਣਾ, ਦੋਨੋਂ ਹੀ ਜਿਹੜੇ ਆ ਉਹ ਪਾਸੇ ਪਾਸੇ ਹੋ ਗਏ। ਲੋੜ ਹੈ ਦੋਨੋਂ ਸਿਰ ਜੋੜਨ ਅਤੇ ਉਹਦਾ ਸੱਚ ਕੀ ਹੈ ਪਿਆਰ ਨਾਲ ਗਲਵੱਕੜੀ 'ਚ ਲੈ ਕੇ ਆਪਣੇ ਬੱਚਿਆਂ ਨੂੰ। ਮੈਂ ਲਾਸਟ ਸਵਾਲ ਕਰਦਾ ਤੁਹਾਨੂੰ, ਇਦੂ ਵੀ ਅੱਗੇ ਐਕਸਟੈਂਡ ਕਰ ਦਿੰਦਾ ਮੈਂ ਸਵਾਲ ਨੂੰ ਕਿ ਇੱਕ ਥੋਟ ਇਹ ਹੈਗਾ ਕਿ ਧਰਮ ਗਹਿਰੇ ਵਿਸ਼ਵਾਸ ਨਾਲ ਚੱਲਦਾ, ਸਿਰਫ ਵਿਸ਼ਵਾਸ ਹੀ ਇੰਪੋਰਟੈਂਟ ਆ, ਦੈਵੀ ਸੱਚ ਵਾਂਗੂ ਕਿਸੇ ਵਾਂਗੂ ਜਾਂ ਦੈਵੀ ਸ਼ਕਤੀ ਵਾਂਗੂ, ਸਿੱਖਾਂ ਦੇ ਅੰਦਰ ਵੀ ਐਂ ਚੱਲਦਾ ਹੈਗਾ। ਦੂਸਰਾ ਇਹ ਹੈਗਾ ਕਿ ਲੌਜਿਕ ਵੀ ਤਾਂ ਕੋਈ ਚੀਜ਼ ਹੁੰਦੀ ਹੈ, ਜਿਹੜੇ ਦੂਸਰੇ ਬੰਦੇ ਉਹ ਕਹਿੰਦੇ ਵੀ ਜੇ ਤੁਸੀਂ ਲੌਜਿਕ ਲੈ ਆਓਗੇ ਤਾਂ ਫਿਰ ਕੋਈ ਮੀਨਿੰਗ ਨਹੀਂ ਰਹੇਗਾ ਗੱਲ ਦਾ, ਫਿਰ ਤਾਂ ਬੰਦਿਆਂ ਨੂੰ ਤੁਸੀਂ ਲੌਜੀਕਲ ਕਰ ਦੋਗੇ, ਲੌਜਿਕ ਕੱਢਦਾ ਕੱਢਦਾ ਬੰਦਾ ਫਿਰ ਸਾਰੀਆਂ ਗੱਲਾਂ ਦੇ ਲੌਜਿਕ 'ਤੇ ਆ ਜੂਗਾ, ਧਰਮ 'ਤੇ ਫਿਰ ਦੀ ਜਿਹੜੀ ਨੀਂਹ ਆ ਉਹ ਹਿੱਲ ਜੂਗੀ। ਦੂਸਰੇ ਬੰਦੇ ਕਹਿੰਦੇ ਹੈਗੇ ਕਿ ਨਹੀਂ, ਜੇ ਤੁਸੀਂ ਲੌਜਿਕ ਨਹੀਂ ਰੱਖੋਗੇ ਤਾਂ ਧਰਮ ਜਿਹੜਾ ਤੁਹਾਡਾ ਉਹ ਨਹੀਂ, ਸਿੱਖੀ ਖਾਸ ਤੌਰ 'ਤੇ ਜਿਸ ਤਰ੍ਹਾਂ ਦਾ ਧਰਮ ਰਿਹਾ ਹੈਗਾ, ਕਿਉਂਕਿ ਸਿੱਖੀ ਨੇ ਤਾਂ ਨਗੇਟ ਕੀਤਾ ਬਹੁਤ ਸਾਰੀਆਂ ਚੀਜ਼ਾਂ ਨੂੰ, ਅੰਧ ਵਿਸ਼ਵਾਸ ਨੂੰ, ਬਹੁਤ ਸਾਰੀਆਂ ਚੀਜ਼ਾਂ ਨੂੰ, ਗੁਰੂ ਸਾਹਿਬ ਨੇ ਸਿੱਧਾ ਚੈਲੰਜ ਕੀਤਾ, ਫਿਰ ਤਾਂ ਉਹ ਭਾਰੂ ਹੋ ਜਾਏਗਾ। ਤਾਂ ਇਹਦੇ ਵਿਚਾਲੇ ਤੁਸੀਂ ਕਿਵੇਂ ਦੇਖਦੇ ਹੋਗੇ ਕਿ ਵਿਸ਼ਵਾਸ ਹੀ ਉਹ ਇੱਕ ਸਰਵਉੱਚ ਸ਼ਕਤੀ ਨੂੰ ਮੰਨ ਕੇ ਸਰੈਂਡਰ ਕਰਨਾ, ਜਿਹੜਾ ਅਲਟੀਮੇਟ ਸਰੈਂਡਰ ਆ ਬੰਦੇ ਦਾ, ਉਹ ਇੰਪੋਰਟੈਂਟ ਆ ਜਾਂ ਫਿਰ ਲੌਜਿਕ ਵਾਲੀ ਗੱਲ ਵੀ ਚੱਲਦੀ ਹੈ? ਵਿਸ਼ਵਾਸ ਇੰਪੋਰਟੈਂਟ ਹੈ, ਪਰ ਵਿਸ਼ਵਾਸ ਕਿਹਦੇ 'ਤੇ ਕਰ ਰਹੇ ਹਾਂ, ਸੱਚ 'ਤੇ ਕਿ ਪਖੰਡ 'ਤੇ, ਇਹ ਵੀ ਸੋਚਣਾ। ਮੇਰੀ ਨਜ਼ਰ ਨਾਲ ਨਾ ਵੇਖੀਏ, ਗੁਰਬਾਣੀ ਦੀ ਨਜ਼ਰ ਨਾਲ ਵੇਖੀਏ ਅਤੇ ਬਾਬਾ ਕਬੀਰ ਸਾਹਿਬ ਜੀ ਧਰਮ ਦੀ ਬੁਨਿਆਦ ਕਹਿੰਦੇ ਆ, ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਜੇ ਇਕੱਲਾ ਵਿਸ਼ਵਾਸ ਹੀ ਧਰਮ ਹੁੰਦਾ ਨਾ, ਤਾਂ ਬਾਬਾ ਜੀ ਦੇ ਪਿਤਾ ਉਹਨੂੰ ਕਹਿੰਦੇ ਵੀ ਜੰਜੂ ਪਾ ਲੈ ਬਈ। ਉਹਨਾਂ ਨੇ ਕਿਹਾ ਵੀ ਕਿਉਂ, ਮੈਨੂੰ ਪੁੱਛਣਾ ਤਾਂ ਮੇਰਾ ਹੱਕ ਹੈ ਨਾ, ਵੀ ਇਹ ਪਾਉਣ ਨਾਲ ਕੀ ਹੋਏਗਾ।
ਉਹਨਾਂ ਨੇ ਜਾ ਕੇ ਕਿਹਾ ਵੀ ਕਿਉਂ ਪਾਣੀ ਦੇ ਰਹੇ ਹੋ ਪੂਰਬ ਵੱਲ ਨੂੰ, ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਪੈਰ ਇੱਧਰ ਨੂੰ ਕਰਕੇ ਪੈਣਾ। ਅਤੇ ਜੇ ਬਾਬਾ ਜੀ ਇੱਕ ਕਾਜੀ ਨੂੰ ਪੁੱਛ ਸਕਦੇ ਆ ਵੀ ਠੀਕ ਹੈ ਚੱਲ ਮੇਰੇ ਪੈਰ ਉੱਧਰ ਕਰਦੇ ਜਿੱਧਰ ਰੱਬ ਦਾ ਘਰ ਨਹੀਂ ਹੈਗਾ, ਅਤੇ ਰੱਬ ਦਾ ਘਰ ਕਿੱਧਰ ਨਹੀਂ ਹੈ, ਦਿਸਿਆ ਉਹਨੂੰ ਸਭ ਪਾਸੇ ਵੀ ਮਤਲਬ ਕਿ ਰੱਬ ਸਾਰੇ ਸਾਰਿਆਂ ਵਿੱਚ ਆ ਭਾਈ। ਜੇ ਗੁਰੂ ਨਾਨਕ ਸਾਹਿਬ ਕਾਜੀ ਨੂੰ ਪੁੱਛ ਸਕਦੇ ਆ, ਪਾਂਡੇ ਨੂੰ ਪੁੱਛ ਸਕਦੇ ਆ, ਜੋਗੀ ਨੂੰ ਪੁੱਛ ਸਕਦੇ ਆ, ਤਾਂ ਸਾਨੂੰ ਕਿਉਂ ਨਹੀਂ ਕੋਈ ਪੁੱਛ ਸਕਦਾ ਜੀ? ਅਸੀਂ ਕਿਉਂ ਲੋਕਾਂ ਦੇ ਉੱਤੇ ਬੈਨ ਲਾ ਦਈਏ? ਸਾਨੂੰ ਸਾਡੇ ਬੱਚੇ ਕਿਉਂ ਨਹੀਂ ਪੁੱਛ ਸਕਦੇ? ਵਿਸ਼ਵਾਸ 'ਤੇ ਟਿਕਿਆ ਜ਼ਰੂਰ ਹੈ, ਪਰ ਵਿਸ਼ਵਾਸ ਹਵਾ ਦੀਆਂ ਗੱਲਾਂ 'ਤੇ ਨਹੀਂ। ਹੁਣ ਬਹੁਤ ਸਾਰੀਆਂ ਗੱਲਾਂ ਨਾ ਬੜੀਆਂ ਝੂਠ ਦਾ ਪੁਲੰਦਾ ਬਣਾ ਕੇ ਸੁਣਾਈਆਂ ਜਾ ਰਹੀਆਂ, ਕਿਤੇ ਤਾਂ ਆਪਾਂ ਥੋੜ੍ਹਾ ਸਮਝਣ ਦਾ ਯਤਨ। ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੀਆਂ ਦੋ ਕਹਾਣੀਆਂ ਸੁਣਾ ਦਿੰਦਾ। ਇੱਕ ਬਾਬੇ ਨੇ, ਤੁਹਾਨੂੰ ਪਤਾ ਪਿਛਲੇ ਦਿਨਾਂ, ਚਲੋ ਮੈਂ ਜ਼ਿਕਰ ਰੈਫਰੈਂਸ ਨਹੀਂ ਦੇਊਂਗਾ ਕਿਉਂਕਿ ਫਿਰ ਵਿਵਾਦ ਹੋ ਜਾਂਦੇ ਆ ਗੱਲਾਂ 'ਤੇ। ਤੁਸੀਂ ਇੱਕ ਧਾਰਮਿਕ ਸੰਸਥਾ ਦੇ ਇੱਕ ਹੈੱਡ ਗ੍ਰੰਥੀ ਹੋਊਂਗੇ, ਹੈ ਨਾ, ਤੁਸੀਂ ਇੱਕ ਹਰ ਰੋਜ਼ ਉਹ ਚਾਹੁੰਦੇ ਹੋ। ਤਾਂ ਜਿਵੇਂ ਪਿਛਲੇ ਦੌਰ 'ਚ ਇਹ ਵੀ ਆਇਆ ਕਿ ਯਾਰ ਮਾਡਰਨ ਪੜ੍ਹਾਈ ਨਹੀਂ ਪੜ੍ਹਨੀ ਚਾਹੀਦੀ ਸਿੱਖਾਂ ਨੂੰ, ਇਹ ਬੇੜਾ ਗਰਕ ਕਰ ਰਹੀ ਹੈ ਸਿੱਖਾਂ ਦਾ, ਥੋਟ ਆ ਨਾ ਇਹ? ਨਹੀਂ, ਮੈਂ ਬਿਨਾਂ ਰੈਫਰੈਂਸ ਤੋਂ ਇਹ ਗੱਲ ਕਹਿ ਰਿਹਾ, ਤੁਸੀਂ ਬਿਨਾਂ ਰੈਫਰੈਂਸ ਤੋਂ ਜਵਾਬ ਦੇ ਦਿਓ। ਗੁਰੂ ਸਾਹਿਬ ਜੀ ਜੇ ਹਰ ਤਰ੍ਹਾਂ ਦੀ ਪੜ੍ਹਾਈ ਪੜ੍ਹਦੇ ਨੇ, ਦਿਨੀ ਅੰਤ ਅਣਕ ਭਾਂਤ ਕੀ ਸ਼ਿਕਸ਼ਾ, ਸਿਰਫ ਰੂਹਾਨੀ ਭਾਂਤ ਦੀ ਸ਼ਿਕਸ਼ਾ ਨਹੀਂ ਕਹਿੰਦੇ, ਅਣਕ ਭਾਂਤ ਦੀ ਸ਼ਿਕਸ਼ਾ ਕਹਿੰਦੇ ਆ, ਉਹ ਵੀ ਦਸਮ ਗ੍ਰੰਥ ਦੇ ਅੰਦਰ ਕਹਿ ਰਿਹਾ। ਜਾਂ ਮਾਡਰਨਿਟੀ ਨੂੰ ਪੂਰਾ, ਮੈਂ ਸਿੱਖਿਆ ਤਾਂ ਦਿੱਤਾ ਜੀ, ਇੱਕ ਆ ਮਾਡਰਨਿਟੀ ਨੂੰ ਪੂਰਾ ਰੱਦ ਕਰਨ ਵਾਲਾ ਇੱਕ ਕਨਸੈਪਟ ਵੀ ਸਿੱਖਾਂ ਦੀ ਇੱਕ ਧਿਰ ਦੇ ਅੰਦਰ ਆਇਆ ਕਿ ਆਧੁਨਿਕਤਾ ਨੂੰ ਸਾਨੂੰ ਮੁੱਢੋਂ ਰੱਦ ਕਰ ਦੇਣਾ ਚਾਹੀਦਾ, ਆਧੁਨਿਕਤਾ ਧਰਮ ਦਾ ਬੇੜਾ ਗਰਕ ਕਰਦੀ ਹੈ। ਜਿਹੜੇ ਬੰਦੇ ਕਹਿ ਰਹੇ ਆ ਨਾ, ਉਹ ਬੰਦੇ ਐਸੇ ਮਾਈਕ 'ਤੇ ਬੋਲ ਕੇ ਕਹਿ ਰਹੇ ਆ ਜਿਹੜਾ ਆਧੁਨਿਕ ਟੈਕਨੋਲੋਜੀ ਨੇ ਬਣਾਇਆ। ਜੰਗਲਾਂ 'ਚ ਚੱਲ ਜਾਈਏ ਫਿਰ, ਉਹ ਤਾਂ ਕਹਿੰਦੇ ਫਿਲਮਾਂ ਨਹੀਂ ਦਿਖਾਉਣੀਆਂ ਚਾਹੀਦੀਆਂ। ਘੋੜੇ ਗੱਡੀਆਂ ਆਧੁਨਿਕ ਤਕਨੀਕ ਨੇ ਬਣਾਈਆਂ, ਮੋਬਾਈਲ ਆਧੁਨਿਕ ਤਕਨੀਕ ਨੇ ਬਣਾਏ ਆ। ਅਸੀਂ ਘੋੜਿਆਂ 'ਤੇ ਆਈਏ, ਅਸੀਂ ਆਹ ਕੋਟ ਪੈਂਟ ਇਹ ਸਾਰਾ ਕੁਛ, ਇਹ ਆ ਜਿਹੜੀਆਂ ਐਪਲ ਦੀਆਂ ਵਾਚਾਂ, ਹੈ ਨਾ, ਮਤਲਬ ਉਹਦਾ ਸਦ ਉਪਯੋਗ ਕਿਵੇਂ ਕਰਨਾ। ਗੁਰੂ ਸਾਹਿਬ ਨੇ ਇਹ ਸਿਖਾਇਆ ਵੀ ਚੀਜ਼ਾਂ ਉਹੀ ਨੇ, ਉਹਦੇ ਤੋਂ ਵੀ ਅੱਗੇ ਵਧੋ, ਉਹਦਾ ਸਦ ਉਪਯੋਗ ਕਿਵੇਂ ਕਰਨਾ, ਉਹਦਾ ਸਹੀ ਜਿਹੜਾ ਮਨੁੱਖਤਾ ਦੇ ਭਲੇ ਵਾਸਤੇ। ਹੁਣ ਪਰਮਾਣੂ ਸ਼ਕਤੀ ਹੈ, ਮੰਨ ਲਓ ਉਹਦਾ ਸਦ ਉਪਯੋਗ ਵੀ ਹੋ ਸਕਦਾ। ਧਰਮ ਕੀ ਸਿਖਾਉਂਦਾ? ਕਿਸੇ ਵੀ ਤਾਕਤ ਦਾ, ਕਿਸੇ ਵੀ ਐਨਰਜੀ ਦਾ, ਕਿਸੇ ਵੀ ਗਿਆਨ ਦਾ ਸਦ ਉਪਯੋਗ ਕਰਨਾ। ਮੈਂ ਪੁੱਛਦਾ, ਮਾਡਰਨਿਟੀ ਦੇ ਧਰਮ ਐਂ ਖੜ੍ਹੇ ਨੇ ਜਾਂ ਮਾਡਰਨਿਟੀ ਦੇ ਧਰਮ ਐਂ ਚੱਲ ਸਕਦੇ? ਨਹੀਂ, ਧਰਮ ਹੀ ਮਾਡਰਨ ਹੈ, ਧਰਮ ਹੀ ਮਾਡਰਨਿਟੀ ਹੈ ਜੇ ਤਰੱਕੀ ਕਰਨੀ ਹੈ। ਸਾਰੇ ਧਰਮ ਕਹਿ ਰਹੇ ਹੋ ਤੁਸੀਂ ਜਾਂ ਸਿੱਖ ਧਰਮ? ਮੈਂ ਸਿੱਖ ਧਰਮ ਦੀ ਗੱਲ ਕਰ ਰਿਹਾ। ਸਾਰੇ ਬਾਕੀ ਧਰਮ ਮੰਨ ਲਓ, ਬਾਕੀ ਧਰਮ 'ਤੇ ਮੈਂ ਕਿਸੇ ਖਾਸ ਉਹ ਜਵਾਬ ਦੇਣਗੇ, ਬਾਕੀ ਧਰਮਾਂ ਦਾ ਜਵਾਬ ਤਾਂ ਉਹ ਦੇਣਗੇ, ਪਰ ਮੈਂ ਕਿਸੇ ਖਾਸ ਦਾ ਨਾਂ ਨਹੀਂ ਲੈਂਦਾ। ਪਰ ਇਹ ਗੱਲਾਂ ਕਰਨੀਆਂ ਕਿ ਮੈਂ ਆਧੁਨਿਕਤਾ ਐਂ ਕਿਹਾ ਜਾ ਸਕਦਾ? ਬਿਲਕੁਲ ਜੀ, ਬਿਲਕੁਲ ਆਧੁਨਿਕ ਹੋਣਾ ਹੀ ਸਿੱਖ ਹੈ, ਸਾਰੇ ਭਰਮਾਂ ਦਾ ਨਾਸ, ਬਿਲਕੁਲ ਗਿਆਨ ਹੀ ਗਿਆਨ, ਬਿਲਕੁਲ ਸ਼ੱਕ ਸੁਭਾ ਸ਼ੰਕੇ ਸਾਰੇ ਮਿਟ ਗਏ, ਸਾਰੇ ਇਨਸਾਨਾਂ 'ਚ ਇੱਕੋ ਹੀ ਰੱਬ ਦਿਸਣ ਲੱਗ ਪਿਆ, ਕੋਈ ਨਫ਼ਰਤ ਨਹੀਂ, ਸਭ ਮੈਂ ਜੋਤ ਜੋਤ ਹੈ ਸੋਏ। ਇਹਦੇ ਤੋਂ ਮਾਡਰਨ ਕਿੱਥੇ ਹੋਣਾ? ਸਾਰੇ ਉਹ ਜਾਤੀਵਾਦ ਫਿਰਕੇ ਸਭ ਕੁਝ ਮਿਟ ਗਏ ਜੀ, ਇਹਦੇ ਤੋਂ ਮਾਡਰਨ ਹੋਰ ਕੀ ਹੋ ਸਕਦੀ ਹੈ ਸੋਚ? ਮੈਂ ਤਾਂ ਅਰਦਾਸ ਕਰਦਾ ਵੀ ਰੱਬ ਕਰੇ ਵੀ ਸਾਰੀ ਦੁਨੀਆ ਇਸ ਸੋਚ ਦੀ ਧਾਰਨੀ ਬਣ ਜਾਏ, ਇਨਸਾਨੀਅਤ ਹੀ ਇੱਕ ਪਿਆਰ ਰਹਿ ਜਾਵੇ, ਧਰਮ ਰਹਿ ਜਾਵੇ, ਹੋਰ ਰਹਿ ਹੀ ਕੱਖ ਨਹੀਂ। ਪਿਛਲੇ ਦਿਨਾਂ 'ਚ ਅਸੀਂ ਕੁਛ ਦੋਸਤ ਡਿਸਕਸ਼ਨ ਕਰ ਰਹੇ ਸੀ, ਉੱਥੇ ਗੱਲ ਚੱਲੀ ਕਿ ਸਾਈਬ ਅੱਜ ਕੱਲ੍ਹ ਬਹੁਤ ਵੱਡਾ ਕਨਸੈਪਟ ਹੈ ਇੱਕ ਸਾਈਬਰ ਵਾਰ ਹੋ ਰਹੀ ਹੈ, ਤਾਂ ਸਾਈਬਰ ਵਾਰ 'ਚ ਜਿਹੜੇ ਬਹੁਤ ਹੀ ਵੱਡੇ ਪਲੇਅਰ ਨੇਗੇ, ਹੈ ਨਾ, ਉਹ ਅੱਜ ਕੱਲ੍ਹ ਬਹੁਤ ਸਾਰੀਆਂ ਥਾਵਾਂ 'ਤੇ ਜਾ ਨਹੀਂ ਰਹੇ, ਮੂਵ ਨਹੀਂ ਹੋ ਰਹੇ, ਯਾਨੀ ਖਾਸ ਤੌਰ ਦੇ ਉੱਤੇ ਏਅਰ ਜਿਹੜਾ ਸਫ਼ਰ ਉਹ ਕਰਨਾ ਉਹਨਾਂ ਨੇ ਬੰਦ ਕਰਤਾ। ਜਿਵੇਂ ਜਿਹੜੇ ਕਿਮ ਜੋਂਗ ਨੇਗੇ,
ਕਿਮ ਜੋਂਗ ਜਿਹੜੇ ਕੋਰੀਆ ਵਾਲੇ ਨੇ ਉਹ ਰੂਸ ਟ੍ਰੇਨ 'ਤੇ ਆਉਂਦੇ ਨੇ ਕਿ ਸਾਈਬਰ ਵਾਰ 'ਚ ਕਿਤੇ ਮੇਰਾ ਕੋਈ ਉੱਪਰੀ ਨਾ ਮੈਨੂੰ ਲਪੇਟ ਦੇ। ਤਾਂ ਉੱਥੇ ਗੱਲ ਚੱਲੀ, ਉੱਥੇ ਸਿੱਖ ਵਿਦਵਾਨ ਵੀ ਸੀਗੇ ਉਸ ਮਹਿਫਲ 'ਚ ਹੋਰ ਵੀ ਵੀ ਹੈ ਨਾ, ਉਹ ਗੱਲ ਚੱਲੀ ਕਿਸੇ ਦੇ ਰੈਫਰੈਂਸ ਨਾਲ, ਜਿਹੜੇ ਬੰਦੇ ਦੀ ਮੈਂ ਕਹਿੰਦਾ ਕੁਛ ਬੰਦੇ ਨੇ ਜਿਹੜੇ ਕਹਿੰਦੇ ਹੈਗੇ ਕਿ ਸਾਨੂੰ ਨਾ ਫਿਲਮਾਂ ਦੇਖਣੀਆਂ ਚਾਹੀਦੀਆਂ, ਕੁਛ ਬੰਦੇ ਕਹਿੰਦੇ ਆ ਪੜ੍ਹਾਈ ਨਹੀਂ ਕਰਨੀ ਚਾਹੀਦੀ ਸਾਨੂੰ, ਮਾਡਰਨ ਆਧੁਨਿਕਤਾ ਨੇ ਸਾਡਾ ਬੇੜਾ ਗਰਕ ਕਰਤਾ, ਆਧੁਨਿਕਤਾ ਨੂੰ ਰੱਦ ਕਰਦੇ ਹੈਗੇ ਹੈ ਨਾ। ਤਾਂ ਉਹ ਕਹਿੰਦੇ ਵੀ ਆਹ ਦੇਖੋ ਆਹ ਵੀ ਇੱਕ ਮੂਵ, ਵੀ ਹੁਣ ਦੁਨੀਆ ਜਾ ਕਿੱਧਰ ਨੂੰ ਰਹੀ ਹੈ, ਕਿੱਧਰ ਨੂੰ ਨਹੀਂ ਜਾ ਰਹੀ, ਹਵਾਈ ਜਹਾਜ਼ਾਂ ਜਾਂਦਾ ਬੰਦਾ ਡਰ ਰਿਹਾ ਹੈਗਾ ਕਿ ਮੈਨੂੰ ਏਅਰ ਸਪੇਸ 'ਚ ਕੋਈ ਉਡਾ ਨਾ ਦੇਵੇ। ਬਾਣੀ 'ਚ ਨੇ ਇੱਕ ਸ਼ਬਦ ਕਿਹਾ, ਗੁਰੂ ਸਾਹਿਬ ਨੇ, ਸੋ ਡਰੈ ਜੇ ਪਾਪ ਕਮਾਮ ਦੋ, ਧਰਮੀ ਵਿਗਸੇਤ। ਕਹਿੰਦੇ ਧਰਮੀ ਨੂੰ ਕੋਈ ਡਰ ਨਹੀਂ ਕਿਉਂਕਿ ਉਹਦੇ ਆਪਣੇ ਅੰਦਰ ਖੋਟ ਨਹੀਂ ਆ, ਮੌਤ ਸਾਰਿਆਂ ਦੀ ਆ ਜਾਣੀ ਆ, ਟ੍ਰੇਨ 'ਤੇ ਵੀ ਆ ਜਾਣੀ ਆ, ਪਰ ਸਹਿਮ ਕੇ ਜੂਣਾ ਜਿਹਦੇ ਆਪਣੇ ਅੰਦਰ ਖੋਟ ਹੈ। ਮੈਂ ਤੁਹਾਨੂੰ ਐਜੂਕੇਸ਼ਨ ਦੀ ਗੱਲ ਦੱਸਦਾ ਕਿੱਡਾ ਵੱਡਾ ਹਥਿਆਰ ਹੈ, ਕਿਉਂਕਿ ਗੁਰੂ ਸਾਹਿਬ ਵੀ ਆਪਾਂ ਦੇਖੀਏ ਜੇ ਹੁਣ ਗੱਲ ਕਰਨੀ ਹੋਵੇ ਜਿੰਨੀਆਂ ਆਲੇ ਦੁਆਲੇ ਦੀ ਕੰਪੈਰੀਜ਼ਨ ਸਟੱਡੀ ਹੈ, ਜੇ ਮੈਂ ਕਹਿੰਦਾ ਤੁਲਨਾਤਮਕ ਅਧਿਐਨ, ਬਿਲਕੁਲ ਬਹੁਤ ਜ਼ਿਆਦਾ ਕੀਤਾ ਉਹਨਾਂ ਨੇ ਤਾਂ, ਬਹੁਤ ਜ਼ਿਆਦਾ ਬਿਲਕੁਲ। ਕਿਉਂਕਿ ਇੱਥੇ ਸਾਡੇ ਮੈਂ ਸਮੱਸਿਆ ਦੇਖਦਾ ਕਿ ਜਿਹੜੇ ਬੰਦੇ ਬਹੁਤ ਕਲੋਜ਼ਡ ਹੁੰਦੇ ਨੇਗੇ ਉਹ ਇਹ ਹੈਗਾ ਕਿ ਉਹ ਜਿਵੇਂ ਮੰਨ ਲਓ ਤੁਸੀਂ ਆਪਣਾ ਧਰਮ ਪੜ੍ਹ ਲਿਆ, ਜੇ ਤੁਸੀਂ ਬਾਕੀ ਪੜ੍ਹੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਨਾ, ਜਾਂ ਤੁਸੀਂ ਇੱਕ ਕਿਤਾਬ ਪੜ੍ਹ ਲਈ, ਮੰਨ ਲਓ ਮੈਂ ਇੱਕ ਚੀਜ਼ ਨੂੰ ਪੜ੍ਹਦਾ ਗਾ ਕਿਸੇ ਨੂੰ, ਜਾਂ ਮੈਂ ਆਧੁਨਿਕਤਾ ਪੜ੍ਹ ਰਿਹਾ ਮੈਂ, ਜੇ ਮੈਂ ਆਧੁਨਿਕਤਾ ਤੋਂ ਮਡੀਵਲ ਹਿਸਟਰੀ ਨਹੀਂ ਪੜ੍ਹ ਰਿਹਾ ਤਾਂ ਮੈਨੂੰ ਸਮਝ ਨਹੀਂ ਆਉ ਆਧੁਨਿਕਤਾ, ਆਧੁਨਿਕਤਾ ਵੀ ਮੈਨੂੰ ਉਦੋਂ ਸਮਝ ਆਊ ਜੇ ਮੈਨੂੰ ਜੇ ਰਾਤ ਨਹੀਂ ਵੇਖੀ ਤਾਂ ਉਹਨੂੰ ਦਿਨ ਦੇ ਚਾਂਦ, ਜੇ ਮੈਨੂੰ ਮੈਂ ਉਹੀ ਕਹਿਣਾਗਾ ਕਿ ਜੇ ਮੈਨੂੰ ਕੋਈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ, ਮੈਂ ਸਾਇੰਸ ਵੀ ਦੇਖ ਰਿਹਾ, ਮੈਂ ਸੋਸ਼ੋਲੋਜੀ ਦੇਖ ਰਿਹਾ, ਇਕਨੋਮਿਕਸ ਦੇਖ ਰਿਹਾ, ਪੋਲੀਟਿਕਸ ਦੇਖ ਰਿਹਾ, ਰਿਲੀਜਨ ਦੇਖ ਰਿਹਾ, ਜੇ ਸਾਰੀਆਂ ਚੀਜ਼ਾਂ ਨੂੰ ਮੈਂ ਪੜ੍ਹਦਾ ਸਮਝਦਾ ਤਾਂ ਹੀ ਮੈਂ ਗੱਲਾਂ ਨੂੰ ਕਨੈਕਟ ਕਰ ਪਾਊਂਗਾ ਨਾ। ਮੈਂ ਤੁਹਾਨੂੰ ਦੱਸਦਾ ਜੀ, ਸਾਡੀ ਇੱਕ ਬੱਚੀ ਹੈ LLM ਕੀਤੀ ਹੈ ਵਾਈਟ ਹਾਊਸ 'ਚ ਇਸ ਵੇਲੇ, ਅਤੇ ਉੱਥੇ ਉਹਨੇ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਦਾ ਉੱਦਮ ਕੀਤਾ ਅਤੇ ਲੈਕਚਰ ਦਿੱਤਾ, ਅਤੇ ਇਸ ਗੱਲ 'ਤੇ ਦਿੱਤਾ ਕਿ ਗੁਰੂ ਨਾਨਕ ਦਾ ਸੱਚ ਸਿਰਫ ਗਰੀਬ ਲੋਕਾਂ ਵਿੱਚ ਨਹੀਂ, ਬਾਬਰ ਦੇ ਮੂੰਹ 'ਤੇ ਖੜ ਕੇ ਵੀ ਹੈ, ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਸ ਕੰਸੈਪਟ 'ਤੇ ਉਹਨੇ 5-7 ਮਿੰਟ ਟਾਕ ਕੀਤੀ। ਉਹਨਾਂ ਦੇ ਇੱਕ ਕਾਂਗਰਸਮੈਨ ਨੇ ਅਸਤੀਫਾ ਦਿੱਤਾ ਸੀ ਟਰੰਪ ਦੀ ਸਰਕਾਰ ਵੇਲੇ, ਟਰੰਪ ਦਾ ਹੀ ਬੰਦਾ ਸੀ ਅਤੇ ਟਰੰਪ ਦਾ ਵਿਰੋਧ ਕੀਤਾ ਸੀ। ਕੁਝ ਸਮੇਂ ਬਾਅਦ ਹੁਣ ਉਹ ਮੈਨੂੰ ਬੱਚੀ ਨੇ ਦੱਸਿਆ, ਉਹ ਕਾਂਗਰਸਮੈਨ ਉਹਨਾਂ ਨੂੰ ਮਿਲ ਪਿਆ ਅਤੇ ਉਹਨੇ ਕਿਹਾ ਵੀ ਸਰ ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਂ ਤੁਹਾਨੂੰ ਜਾਣਦੀ ਹਾਂ, ਤੁਸੀਂ ਉੱਥੇ ਸੀ ਮੈਂ ਵੀ ਉੱਥੇ ਜਾ, ਅਤੇ ਉਹ ਕਹਿੰਦਾ ਵੀ ਮੈਂ ਤੈਨੂੰ ਪਛਾਣਦਾ ਤੇਰੇ ਉਹ ਸ਼ਬਦਾਂ ਕਰਕੇ, ਮੈਂ ਉਦੋਂ ਅਸਤੀਫਾ ਦਿੱਤਾ ਸੀ, ਤੂੰ ਸੁਣਾਇਆ ਸੀ ਕਿ ਗੁਰੂ ਨਾਨਕ ਨੇ ਸਿਖਾਇਆ ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੋ ਧਰਮ 'ਤੇ ਵਾਈਟ ਹਾਊਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਜੀ, ਜੇ ਗੁਰੂ ਨਾਨਕ ਦੇ ਸੱਚ ਨੂੰ ਵਾਕਈ ਅਸੀਂ ਸਮਝ ਲਈਏ, ਗਾੜਾ ਅਮਰੀਕਾ ਦਾ ਗਾੜਾ ਆਧੁਨਿਕਤਾ ਦਾ, ਮਤਲਬ ਵੀਟੋ ਪਾਵਰ ਹੈ। ਪਰ ਮੈਂ ਇਸ ਲਈ ਨਹੀਂ ਕਹਿ ਰਿਹਾ ਵੀ ਅਸੀਂ ਗਿਣਤੀ ਵਧਾਉਣੀ ਆ, ਸਿੱਖ ਬਹੁਤ ਹੋ ਜਾਣ ਸਾਰੇ ਬਣ, ਗੁਰੂ ਨਾਨਕ ਦੀ ਸੋਚ ਲਾਗੂ ਹੋ ਜੇ ਸਾਰੀ ਦੁਨੀਆ ਦੇ ਉੱਤੇ, ਇਨਸਾਨੀਅਤ ਆ ਜੇ, ਬਾਬਰਾਂ ਨੂੰ ਬਾਬਰ ਕਹਿਣ ਦੀ ਹਿੰਮਤ ਲੋਕਾਂ 'ਚ ਆ ਜੇ, ਬਾਬਰ ਆਪਣੇ ਪਾਪ ਤੋਂ ਹਟ ਜਾਣ। ਗੁਰੂ ਗੋਬਿੰਦ ਸਿੰਘ ਜੀ ਕੀ ਚਾਹੁੰਦੇ ਆ, ਉਹ ਇਹ ਨਹੀਂ ਚਾਹੁੰਦੇ ਕਿ ਮੈਂ ਬਘਿਆੜ ਦੇ ਅੱਗੇ ਗਾਂ ਸੁੱਟ ਕੇ ਬਘਿਆੜ ਦੀ ਭੁੱਖ ਹਟਾਵਾਂ, ਉਹ ਕਹਿੰਦੇ ਨਹੀਂ ਮੈਂ ਗਾਂ 'ਚ ਇੰਨੀ ਤਾਕਤ ਪੈਦਾ ਕਰਾਂ ਕਿ ਬਘਿਆੜ ਦਾ ਸੁਭਾਅ ਬਦਲ ਕੇ ਰੱਖ ਦੇ। ਇਹ ਧਰਮ ਚਾਹੀਦਾ ਅੱਜ ਦੁਨੀਆ 'ਤੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਗਿਆਨੀ ਹਰਪਾਲ ਸਿੰਘ, ਜਿਨ੍ਹਾਂ ਨਾਲ ਲੰਬੀ ਗੱਲਬਾਤ ਹੋਈ ਸਾਡੇ ਇਤਿਹਾਸ ਬਾਰੇ, ਸਾਡਾ ਇਤਿਹਾਸ ਸਾਨੂੰ ਕਿਵੇਂ ਤਾਕਤ ਦਿੰਦਾ, ਸਾਡੇ ਇਤਿਹਾਸ ਦਾ ਸਾਡੇ ਵਰਤਮਾਨ ਅਤੇ ਭਵਿੱਖ ਨਾਲ ਕੀ ਰਿਸ਼ਤਾ ਹੈਗਾ, ਔਰ ਨਾਲ ਦੀ ਨਾਲ ਹੀ ਉਹ ਗੱਲਾਂ ਵੀ ਕਿ ਹਾਂ ਆਧੁਨਿਕਤਾ ਦੇ ਨਾਲ ਜਾਂ ਧਰਮ ਅਤੇ ਆਧੁਨਿਕਤਾ ਦਾ ਰਿਸ਼ਤਾ ਹੋ ਜਾਂ ਸਿੱਖੀ ਦਾ ਰਿਸ਼ਤਾ ਇਹਨਾਂ ਦਿਨਾਂ ਦੇ ਨਾਲ ਇਸ ਕਾਲ ਦੇ ਨਾਲ ਕੀ ਹੈ, ਇਸ ਕਾਲ 'ਚ ਰਹਿ ਕੇ ਵੀ ਸਿੱਖਾਂ ਨੇ ਅਕਾਲ ਕਿਵੇਂ ਹੋਣਾ ਗਾ। ਸਤਿ ਸ੍ਰੀ ਅਕਾਲ ਸ਼ਬਦ ਦੇ ਕੇ ਗਏ ਸੀ ਗੁਰੂ ਸਾਹਿਬ, ਹੁਣ ਤਾਂ ਆਪਾਂ ਸਤਿ ਸ੍ਰੀ ਅਕਾਲ ਕਹਿ ਦਿੰਦੇ ਹੈਗੇ, ਬੇਸਿਕਲੀ ਸਤਿ ਸ੍ਰੀ ਅਕਾਲ, ਅਕਾਲ ਕਾਲ ਤੋਂ ਮੁਕਤ ਹੋਣ ਦੀ ਗੱਲ। ਤਾਂ ਉਹ ਅਵਸਥਾ ਸਿੱਖਾਂ ਦੀ ਕਿਵੇਂ ਬਣੇ,
ਉਹ ਵੀ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਤਾਂ ਜ਼ਰੂਰੀ ਆ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਅੰਡਰਸਟੈਂਡ ਕਰੀਏ, ਤੁਲਨਾਤਮਕ ਅਧਿਐਨ ਕਰੀਏ, ਦੁਨੀਆ ਦੀਆਂ ਭਾਸ਼ਾਵਾਂ ਜਾਣੀਏ, ਦੁਨੀਆ ਨੂੰ ਜਾਣੀਏ, ਤਾਂ ਹੀ ਅਸੀਂ ਆਪਣੇ ਆਪ ਨੂੰ ਜਾਣ ਪਾਵਾਂਗੇ।